ਉਹ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਉਹ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਸਰੀਆਂ ਵਰਗੇ ਸੋਨੇ ਵਰਗੇ ਹੀਰੇ ਪੁੱਤਰ ਮਾਵਾਂ ਦੇ ਚਾਹ ਜਿਨ੍ਹਾਂ ਨੂੰ ਮਿਲਣ ਵਾਸਤੇ ਤਰਸਣ ਭੈਣ ਭਰਾਵਾਂ ਦੇ ਬੁੱਢੇ ਬਾਪੂ ਖੜ੍ਹੇ ਉਡੀਕਣ ਗੱਭਰੂ ਪੁੱਤ ਜਵਾਨਾਂ ਨੂੰ ਉਹ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਇਹ ਨੰਦ ਲਾਲ ਨੂਰਪੁਰੀ ਸਾਹਿਬ ਦੀਆਂ ਲਾਈਨਾਂ ਨੇ ਜੀ ਬਹੁਤ ਹੀ ਖੂਬਸੂਰਤ ਸਾਡੇ ਦੇਸ਼ ਦੇ ਉਹਨਾਂ ਸ਼ਹੀਦਾਂ ਲਈ ਜਿਨ੍ਹਾਂ ਨੇ ਸਾਡੇ ਵਾਸਤੇ ਜਾਨਾਂ ਵਾਰੀਆਂ ਖਾਸ ਤੌਰ 'ਤੇ 1984 ਜ਼ਿਕਰ ਕਰੀਏ ਤਾਂ 6 ਜੂਨ ਹੁਣ ਲੰਘ ਕੇ ਗਈ ਹੈ ਤਾਂ ਬਹੁਤ ਹੀ ਵਧੀਆ ਲਾਈਨਾਂ ਉਹ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇ ਇੱਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਸੋ ਅੱਜ ਗੱਲ ਕਰਾਂਗੇ ਜੀ ਨੰਦ ਲਾਲ ਨੂਰਪੁਰੀ ਦੀ ਵੈਸੇ ਤਾਂ ਅੱਜ ਦੇ ਦਿਨ ਅਸੀਂ ਸੰਗੀਤ ਦੀ ਗੱਲ ਕਰੀ ਦੀ ਹੈ ਨਾਲ ਦੀ ਨਾਲ ਸਾਡੇ ਕੋਈ ਵੀ ਸਾਹਿਤ ਦੇ ਨਾਲ ਜੁੜੇ ਖਾਸ ਤੌਰ 'ਤੇ ਹੈਗੇ ਨੇ ਜਾਂ ਕੋਈ ਕਵੀ ਕਹਿ ਲਓ ਕੋਈ ਗੀਤ ਕਹਿ ਲਓ ਗੀਤਕਾਰ ਗਾਇਕ ਕਲਾਕਾਰ ਪੁਰਾਣੇ ਲੈਜੈਂਡ ਜਿਹੜੇ ਹੈਗੇ ਨੇ ਉਹਨਾਂ ਨੂੰ ਤੁਹਾਡੇ ਨਾਲ ਰੂਬਰੂ ਕਰੀਦਾ ਅਤੇ ਅੱਜ ਨੰਦ ਲਾਲ ਨੂਰਪੁਰੀ ਸਾਹਿਬ ਦਾ ਜ਼ਿਕਰ ਕਰਾਂਗੇ ਨੂਰਪੁਰੀ ਸਾਹਿਬ ਦੀ ਗੱਲ ਕਰੀਏ ਤਾਂ ਆਪਾਂ ਸਾਰਿਆਂ ਨੂੰ ਪਤਾ ਕਾਫੀ ਦੇਰ ਪਹਿਲਾਂ ਉਹਨਾਂ ਦਾ ਮੈਂ ਜ਼ਿਕਰ ਕੀਤਾ ਸੀ ਇਸ ਕਰਕੇ ਅੱਜ ਕਰ ਰਿਹਾ ਕਿ 10 ਜੂਨ ਆਉਣ ਵਾਲਾ 10 ਜੂਨ ਨੂੰ ਉਹਨਾਂ ਦਾ ਜਨਮ ਦਿਨ ਹੁੰਦਾ ਹੈ ਨੂਰਪੁਰੀ ਸਾਹਿਬ ਦਾ 10 ਜੂਨ 1906 ਲਾਇਲਪੁਰ ਦੇ ਜ਼ਿਲ੍ਹੇ ਦੇ ਵਿੱਚ ਪਾਕਿਸਤਾਨ ਦੇ ਨੂਰਪੁਰ ਪਿੰਡ ਜਿਹੜਾ ਪਾਕਿਸਤਾਨ ਵਾਲਾ ਉੱਥੇ ਉਹਨਾਂ ਦਾ ਜਨਮ ਹੋਇਆ ਸੀਗਾ ਵੈਸੇ ਤਾਂ ਕੱਲ੍ਹ 6 ਜੂਨ ਦੀ ਗੱਲ ਕਰੀਏ ਤਾਂ ਬਾਬੂ ਰਾਜਬਲੀ ਸਾਹਿਬ ਦੀ ਵੀ ਬਰਸੀ ਸੀਗੀ ਕੱਲ੍ਹ ਅਤੇ ਪਰ ਮੈਂ ਸੋਚਿਆ ਵੀ ਅਸੀਂ ਕਾਫੀ ਦੇਰ ਹੋ ਗਈ ਆ ਨੰਦ ਲਾਲ ਨੂਰਪੁਰੀ ਨੂੰ ਯਾਦ ਨਹੀਂ ਕੀਤਾ ਅਤੇ ਅੱਜ ਉਹਨਾਂ ਨੂੰ ਯਾਦ ਕਰਦੇ ਹਾਂ ਨਾਲੇ ਤਾਂ ਬਹਾਨੇ ਸਿਰ ਵਧੀਆ ਗੀਤ ਸੰਗੀਤ ਹੋ ਜੂਗਾ ਅਤੇ ਬਹਾਨੇ ਸਿਰ ਜਿਹੜੀਆਂ ਗੱਲਾਂ ਬਾਤਾਂ ਹੋ ਜਾਣਗੀਆਂ ਤੁਸੀਂ ਵੀ ਆਪਣੇ ਮਨ ਦੀ ਗੱਲ ਕਹਿ ਸੁਣ ਸਕਦੇ ਹਾਂ ਗੀਤਕਾਰੀ ਦੀ ਗੱਲ ਕਰੀਏ ਤਾਂ ਕਈ ਗੀਤ ਐਸੇ ਨੇ ਜਿਨ੍ਹਾਂ ਦਾ ਸਾਨੂੰ ਵੀ ਜਦੋਂ ਅਸੀਂ ਰੇਡੀਓ ਦੇ ਵਿੱਚ ਸੁਣਦੇ ਹੁੰਦੇ ਸੀ ਪਹਿਲਾਂ ਪਤਾ ਨਹੀਂ ਸੀ ਹੁੰਦਾ ਗਾਇਕ ਦਾ ਨਾਮ ਤਾਂ ਪਤਾ ਲੱਗ ਜਾਂਦਾ ਸੀ ਵੀ ਸੁਰਿੰਦਰ ਕੌਰ ਨੇ ਗਾਇਆ ਜੀ ਆਸਾ ਸਿੰਘ ਮਸਤਾਨਾ ਨੇ ਗਾਇਆ ਅਤੇ ਫਲਾਣੇ ਨੇ ਗਾਇਆ ਰੇਡੀਓ ਦੇ ਵਿੱਚ ਅਤੇ ਗੀਤਕਾਰ ਕਈ ਐਸੇ ਨੇ ਗੀਤ ਕਈ ਐਸੇ ਨੇ ਜਿਹੜੇ ਕਿ ਇੱਕ ਇਉਂ ਲੱਗਦਾ ਕਿ ਲੋਕ ਗੀਤ ਬਣ ਗਏ ਲੋਕ ਗੀਤਾਂ ਵਰਗੇ ਗੀਤ ਜਿਹੜੇ ਆ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਉਹ ਕਿਹਨਾਂ ਨੇ ਲਿਖੇ ਆ ਬਹੁਤ ਸਾਰੇ ਲੋਕ ਜਿਹੜੇ ਉਹ ਜਾਣਦੇ ਹੋਣਗੇ ਬਹੁਤ ਘੱਟ ਲੋਕ ਜਾਣਦੇ ਹੋਣਗੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਬਹੁਤ ਸਾਰੇ ਗੀਤ ਕਿਹਨਾਂ ਨੇ ਲਿਖੇ ਆਪਾਂ ਨਿੱਕੇ ਹੁੰਦੇ ਇੱਕ ਗਾਣਾ ਸੁਰਿੰਦਰ ਕੌਰ ਦਾ ਸੁਣਦੇ ਹੁੰਦੇ ਸੀਗੇ ਚੁੰਮ ਚੁੰਮ ਰੱਖੋ ਨਹੀਂ ਕਲਗੀ ਜੁਦਾਰ ਦੀ ਅਤੇ ਉਹ ਗੀਤ ਜਦੋਂ ਸੁਣਦੇ ਸੀ ਰੇਡੀਓ ਦੇ ਵਿੱਚ ਉਹ ਸਪੀਕਰਾਂ ਦੇ ਵਿੱਚ ਤਾਂ ਇਉਂ ਲੱਗਦਾ ਸੀ ਵੀ ਇਹ ਗੀਤ ਯਾਰ ਬਹੁਤ ਵਧੀਆ ਨੇ ਸਾਰੇ ਅਤੇ ਨੂਰਪੁਰੀ ਸਾਹਿਬ ਦੀ ਗੱਲ ਕਰੀਏ ਤਾਂ ਉਹਦਾ ਕਹਿੰਦੇ ਕਿੱਤੇ ਵਜੋਂ ਅਧਿਆਪਕ ਵੀ ਸੀਗੇ ਕਵੀ ਸੀ ਔਰ ਰੋਮਾਂਟਿਕ ਗਾਣੇ ਬਹੁਤ ਸਾਰੇ ਲਿਖੇ ਨੇ ਔਰ ਸੁਰਿੰਦਰ ਕੌਰ ਜੀ ਨੇ ਬਹੁਤ ਗੀਤ ਗਾਏ ਇਹਨਾਂ ਦੇ ਬਹੁਤ ਗੀਤ ਗਾਏ ਨੇ ਉਹਨਾਂ ਦੇ ਵਿੱਚ ਜਿਹੜੇ ਹੈਗੇ ਨੇ ਖਾਸ ਤੌਰ 'ਤੇ ਜ਼ਿਕਰ ਆਉਂਦਾ ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ ਗਲੀ ਗਲੀ ਡੰਡ ਪਾਉਂਦੀਆਂ ਗਈਆਂ ਚੰਨ ਵੇਖ ਸ਼ੌਂਕਣ ਮੇਲੇ ਦੀ ਪੈਰ ਧੋ ਕੇ ਝਾਂਜਰਾਂ ਪਾਉਂਦੀ ਮੇਲਦੀ ਆਉਂਦੀ ਕਿਤੇ ਮਾਤਾ ਤੋਰਿਆਈ ਅਜੀਤ ਤੇ ਜਜ਼ਾਰ ਨੂੰ ਇਹ ਵੀ ਬਹੁਤ ਵਧੀਆ ਗੀਤ ਉਹਨਾਂ ਦਾ ਜਿਹੜਾ ਉਹਨਾਂ ਨੇ ਲਿਖਿਆ ਹੋਇਆ ਉੜ ਜਾ ਭੋਲਿਆ ਪੰਛੀਆ ਹੋਰ ਅਕਸਰ ਗੀਤ ਅਸੀਂ ਸੁਣਦੇ ਹਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਆਪਣੇ ਉਹਦੇ 'ਤੇ ਪਰਾਤ ਦੇ ਉੱਪਰ ਜਾਂ ਢੋਲਕੀ ਦੇ ਉੱਪਰ ਵੀ ਇੱਦਾਂ ਚਮਚਾ ਮਾਰ ਕੇ ਅਤੇ ਬੁੜੀਆਂ ਗਾਉਂਦੀਆਂ ਦੇਖੀਆਂ ਨੇ ਕਾਲਾ ਡੋਰੀਆ ਕੁੰਡੇ ਨਾਲ ਅੜਿਆਈ ਉਹ ਛੋਟਾ ਦੇਵਰਾ ਭਾਬੀ ਨਾਲ ਲੜਿਆਈ ਉਹ ਛੋਟੇ ਦੇਵਰ ਨੂੰ ਮੈਂ ਆਪ ਬਣਾਉਂਦੀ ਹਾਂ ਮਤਲਬ ਐਸੇ ਐਸੇ ਗੀਤ ਆ ਜਿਹੜੇ ਕਿ ਸਾਡੇ ਦਿਲਾਂ ਦੇ ਵਿੱਚ ਵਸੇ ਹੋਏ ਸੂਹੇ ਵਿੱਚ ਚੀਰੇ ਵਾਲਿਆ ਮੈਂ ਕਹਿੰਦੀ ਹਾਂ ਘਰ ਛਤਰੀ ਦੀ ਛਾਂ ਮੈਂ ਛਾਵੇਂ ਬਹਿਨੀ ਹਾਂ ਆਹ ਹਾ ਹਾ ਕੈਂਠੇ ਵਾਲਾ ਆ ਨਹੀਂ ਗਿਆ ਨੀ ਮਾਏ ਤੇਰੇ ਕੰਮ ਨਾ ਮੁੱਕੇ ਮੇਲੇ ਅੱਜ ਚੱਲੀਆਂ ਸ਼ੌਕੀਨ ਜੱਟੀਆਂ ਆਸਾ ਸਿੰਘ ਮਸਤਾਨਾ ਦਾ ਇੱਕ ਗੀਤ ਬਹੁਤ ਵਧੀਆ ਜਿਹੜਾ ਬੱਲੇ ਨਹੀਂ ਪੰਜਾਬ ਦੀ ਇਹ ਸ਼ੇਰ ਬੱਚੀਏ ਹੋਰ ਅਨੇਕਾਂ ਗੀਤ ਇੱਕ ਗੁਰਪਾਲ ਸਿੰਘ ਪਾਲ ਨੇ ਬਹੁਤ ਦੇਰ ਪਹਿਲਾਂ ਗੀਤ ਗਾਇਆ ਸੀਗਾ ਦਾਤਾ ਦੀਆਂ ਬੇਪਰਵਾਹੀਆਂ ਤੋਂ ਤੂੰ ਬੇਪਰਵਾਹ ਡਰਿਆ ਕਰ ਬਹੁਤ ਵਧੀਆ ਗੀਤ ਨੰਦ ਲਾਲ ਨੂਰਪੁਰੀ ਸਾਹਿਬ ਦੀ ਕਲਮ 'ਚੋਂ ਨਿਕਲੇ ਨੇ ਅਤੇ ਅੱਜ ਉਹਨਾਂ ਨੂੰ ਯਾਦ ਕਰਕੇ ਅਸੀਂ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਤੁਸੀਂ ਵੀ ਕਾਲ ਕਰਕੇ ਨੰਦ ਲਾਲ ਨੂਰਪੁਰੀ ਸਾਹਿਬ ਦੀ ਗੱਲ ਕਰ ਸਕਦੇ ਹੋ ਕੋਈ ਵੀ ਗੱਲ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੇ ਵਿਸ਼ੇ 'ਤੇ ਗੱਲ ਕਰ ਸਕਦੇ ਆ ਕੋਈ ਵੀ ਸੁਣਾਉਣਾ ਚਾਹੁੰਦੇ ਸਾਡੇ ਦਰਸ਼ਕ ਉਹ ਸੁਣਾ ਸਕਦੇ ਨੇ ਸੋ ਨੰਦ ਲਾਲ ਨੂਰਪੁਰੀ ਸਾਹਿਬ ਦੇ ਕੁਛ ਗੀਤ ਤੁਹਾਡੇ ਨਾਲ ਸਾਂਝੇ ਕਰਾਂਗੇ ਅਤੇ ਇੱਕ ਪਹਿਲਾ ਗੀਤ ਜਿਹੜਾ ਵੈਸੇ ਤਾਂ ਸੁਰਿੰਦਰ ਕੌਰ ਜੀ ਨੇ ਗਾਇਆ ਅਤੇ ਸੁਰਿੰਦਰ ਕੌਰ ਜੀ ਦੇ ਮੂੰਹੋਂ ਹੀ ਉਹ ਗੀਤ ਜ਼ਿਆਦਾ ਜੱਚਦਾ
ਪਰ ਫਿਰ ਵੀ ਚਲੋ ਅਸੀਂ ਥੋੜ੍ਹੇ ਜਿਹੇ ਰੰਗ ਨੂੰ ਬਦਲਣ ਵਾਸਤੇ ਜਸਪਿੰਦਰ ਨਰੂਲਾ ਨੇ ਵੀ ਉਹ ਗੀਤ ਗਾਇਆ ਚੁੰਮ ਚੁੰਮ ਰੱਖੋ ਨਹੀਂ ਇੱਕ ਕਲਗੀ ਜੁਝਾਰ ਦੀ ਜਸਪਿੰਦਰ ਨਰੂਲਾ ਨੇ ਜਿਹੜਾ ਗੀਤ ਗਾਇਆ ਅਤੇ ਉਹਦੇ 'ਤੇ ਫਿਰ ਚਾਰ ਸਾਹਿਬਜ਼ਾਦੇ ਫਿਲਮ ਦੇ ਵਿੱਚੋਂ ਸੀਨ ਜਿਹੜੇ ਆ ਉਹ ਲਏ ਸੀਗੇ ਅਤੇ ਖੈਰ ਕੋਸ਼ਿਸ਼ ਇੱਕ ਵਧੀਆ ਕੀਤੀ ਹੈ ਪਰ ਕਹਿੰਦੇ ਵੀ ਜੋ ਸੁਰਿੰਦਰ ਕੌਰ ਜੀ ਦੀ ਆਵਾਜ਼ ਹੈ ਤਾਂ ਉਹ ਸੁਰਿੰਦਰ ਕੌਰ ਜੀ ਦੀ ਹੀ ਆਵਾਜ਼ ਹੈ ਉਹ ਆਵਾਜ਼ ਕਿਸੇ ਹੋਰ ਦੀ ਨਹੀਂ ਹੋ ਸਕਦੀ ਚਾਰ ਸਾਹਿਬਜ਼ਾਦੇ ਫਿਲਮ ਜਿਹੜੀ ਆਈ ਸੀਗੀ ਐਨੀਮੇਟਡ ਫਿਲਮ ਬਹੁਤ ਵੱਡੀ ਜਾਣਕਾਰੀ ਸਾਡੇ ਬੱਚਿਆਂ ਨੂੰ ਇਹ ਤੋਂ ਮਿਲੀ ਹੈ ਬੱਚਿਆਂ ਨੂੰ ਪਤਾ ਹੀ ਉਦੋਂ ਬਾਅਦ ਲੱਗਾ ਇਤਿਹਾਸ ਦਾ ਅਸਲ ਦੇ ਵਿੱਚ ਪਹਿਲਾਂ ਕਿਸੇ ਤਰ੍ਹਾਂ ਦੀ ਪਰਮਿਸ਼ਨ ਇਸ ਤਰ੍ਹਾਂ ਦੀ ਨਹੀਂ ਮਿਲਦੀ ਸੀਗੀ ਦਿਖਾ ਸਕੀਏ ਅਤੇ ਦੂਜਾ ਪੱਖ ਦੇਖੀਏ ਫਿਲਮ ਨੇ ਬਿਜ਼ਨਸ ਵੀ ਬਹੁਤ ਕੀਤਾ ਬਹੁਤ ਬਿਜ਼ਨਸ ਕੀਤਾ ਪਰ ਇਹ ਹੈ ਵੀ ਜੇ ਉਹ ਤੋਂ ਬਚ ਗਈ ਇਹ ਜੇ ਇੱਥੇ ਵੀ ਲੱਗ ਜਾਂਦਾ ਵੀ ਨਹੀਂ ਭਾਈ ਇਹ ਨਹੀਂ ਚੱਲਣੀ ਚਾਹੀਦੀ ਇਹਦੇ ਖਿਲਾਫ਼ ਵੀ ਨਾਅਰੇਬਾਜ਼ੀ ਹੋਣ ਲੱਗ ਪੈਂਦੀ ਅਤੇ ਫਿਰ ਸ਼ਾਇਦ ਜਿੰਨਾ ਇਤਿਹਾਸ ਸਾਡੇ ਬੱਚਿਆਂ ਨੂੰ ਇਸ ਫਿਲਮ ਤੋਂ ਪਤਾ ਲੱਗਿਆ ਉੱਦਾਂ ਨਹੀਂ ਸਾਨੂੰ ਪਤਾ ਲੱਗਦਾ ਅਸੀਂ ਗੁਰੂ ਘਰਾਂ ਦੇ ਵਿੱਚ ਵੀ ਜਾਂਦੇ ਹਾਂ ਅਤੇ ਇਹ ਫਿਲਮ ਦੇ ਵਿੱਚ ਗਾਣਾ ਫਿੱਟ ਕੀਤਾ ਪਰ ਸੁਰਿੰਦਰ ਕੌਰ ਜੀ ਦੀ ਆਵਾਜ਼ ਜਿਹੜੀ ਉਹ ਵੱਖਰੀ ਤਰ੍ਹਾਂ ਦੀ ਹੈਗੀ ਆ ਅਤੇ ਨੰਦ ਲਾਲ ਨੂਰਪੁਰੀ ਇਹਨਾਂ ਦੇ ਬਿਸ਼ਨ ਸਿੰਘ ਸੀ ਨਾਮ ਇਹਨਾਂ ਦੇ ਪਿਤਾ ਦਾ ਅਤੇ ਹੁਕਮਾ ਦੇਵੀ ਮਾਤਾ ਦਾ ਨਾਮ ਸੀਗਾ ਚਾਰ ਇਹਨਾਂ ਦੀਆਂ ਧੀਆਂ ਸੀ ਸੁਮਿਤਰਾ ਦੇਵੀ ਨਾਲ ਵਿਆਹ ਹੋਇਆ ਸੀਗਾ ਅਤੇ ਉਹਦਾ ਆਪਾਂ ਨੂੰ ਪਤਾ ਅਧਿਆਪਕ ਸੀਗੇ ਬੇਸ਼ੱਕ ਕਿੱਤੇ ਵਜੋਂ ਪਰ ਆਖਰੀ ਸਮਾਂ ਜਿਹੜਾ ਇਹਨਾਂ ਦਾ ਇੱਕ ਕਿਹਾ ਜਾਂਦਾ ਕਿ ਆਖਰੀ ਸਮਾਂ ਬਹੁਤ ਮਾੜਾ ਸੀ ਸ਼ਾਇਦ ਭੁੱਖ ਦੇ ਦੁੱਖੋਂ ਕਹਿ ਸਕਦੇ ਹਾਂ ਜਾਂ ਕਿਸੇ ਹੋਰ ਕਾਰਨ ਕਰਕੇ ਖੂਹ ਦੇ ਵਿੱਚ ਛਾਲ ਇਹਨਾਂ ਨੇ ਮਾਰੀ ਸੀ 60 ਸਾਲ ਦੀ ਉਮਰ ਸੀਗੀ ਉਦੋਂ ਜੇ ਅਸੀਂ ਗੱਲ ਕਰੀਏ 1906 ਨੂੰ ਜਨਮ ਹੋਇਆ ਅਤੇ 13 ਮਈ 1966 ਨੂੰ ਇਹਨਾਂ ਨੇ ਇਹਦਾ ਖੁਦਕੁਸ਼ੀ ਕੀਤੀ ਸੀ ਖੂਹ ਦੇ ਵਿੱਚ ਛਾਲ ਮਾਰ ਕੇ 61 ਸਾਲ ਦਾ ਬੰਦਾ ਜਦੋਂ ਖੁਦਕੁਸ਼ੀ ਕਰਦਾ ਸੀ ਕਹਿ ਸਕਦੇ ਵੀ 60 ਸਾਲ ਦਾ ਬੰਦਾ ਜਦੋਂ ਸਿਆਣਾ ਹੁੰਦਾ ਉਹਨੂੰ ਪੂਰਾ ਮਚਿਓਰ ਹੁੰਦਾ 20-25 ਸਾਲ ਤੋਂ ਘੱਟ ਦਾ ਉਮਰ ਦਾ ਬੱਚਾ ਜੋ ਕੋਈ ਕਰਦਾ ਤਾਂ ਉਹਦਾ ਕਹਿ ਸਕਦੇ ਵੀ ਦਿਲ ਹਾਵੀ ਹੋ ਗਿਆ ਦਿਲ ਨੇ ਕਿਹਾ ਅਤੇ ਫਟਾਫਟ ਚੱਕਤੇ ਅਤੇ ਫੈਸਲਾ ਲੈ ਲਿਆ ਪਰ 60 ਸਾਲ ਦਾ ਬੰਦਾ ਜਦੋਂ ਖੁਦਕੁਸ਼ੀ ਕਰੇਗਾ ਆਮ ਤੌਰ 'ਤੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਦੇਖਦੇ ਹਾਂ ਕਿ ਕਿਸਾਨ ਜੇ ਕੋਈ ਖੁਦਕੁਸ਼ੀ ਕਰਦਾ ਤਾਂ ਕਰਜ਼ੇ ਦੁੱਖੋਂ ਕਰਦਾ ਅਤੇ ਆਮ ਅਸੀਂ ਕਦੇ ਉੱਦਾਂ ਕਦੇ ਨਹੀਂ ਸੁਣਿਆ ਹੋਊਗਾ ਕਦੇ ਕੋਈ ਇਸ ਉਮਰ ਦੇ ਬੰਦੇ ਨੇ ਖੁਦਕੁਸ਼ੀ ਕੀਤੀ ਹੋਵੇ ਕਿਸੇ ਹੋਰ ਕਾਰਨ ਕਰਕੇ ਜਾਂ ਕੋਈ ਕੀ ਕਾਰਨ ਹੋਰ ਤੱਕ ਕੀ ਹੋ ਸਕਦਾ ਅਤੇ ਪਰ ਇਹ ਜਦੋਂ ਖੂਹ ਦੇ ਵਿੱਚ ਛਾਲ ਮਾਰੀ ਹੈ ਤਾਂ ਬੜੀ ਮੰਦਭਾਗੀ ਉਹ ਘਟਨਾ ਗਿਣੀ ਜਾਂਦੀ ਆ ਅਤੇ ਫਿਰ ਵੀ ਮੈਂ ਚਾਹਾਂਗਾ ਬਹੁਤ ਸਾਰੀਆਂ ਗੱਲਾਂ ਕਿ ਮੈਨੂੰ ਨਹੀਂ ਪਤਾ ਹੁੰਦੀਆਂ ਸਾਡੇ ਦਰਸ਼ਕਾਂ ਨੂੰ ਜ਼ਿਆਦਾ ਪਤੀਆਂ ਹੁੰਦੀਆਂ ਤਾਂ ਦਰਸ਼ਕ ਫਿਰ ਸਾਡੇ ਸਾਰੀਆਂ ਸਾਂਝੀਆਂ ਕਰਦੇ ਨੇ ਗੱਲਾਂ ਜਿਹੜੀਆਂ 1966 ਦੀ ਅਗਰ ਗੱਲ ਕਰੀਏ ਤਾਂ 1966 ਸਾਡੇ ਬਹੁਤ ਸਾਰੇ ਐਸੇ ਦਰਸ਼ਕ ਹੈਗੇ ਨੇ ਐਸੇ ਕਾਦਰ ਹੈਗੇ ਨੇ ਜਿਹੜੇ 1966 ਤੋਂ ਪਹਿਲਾਂ ਦਾ ਉਹਨਾਂ ਦਾ ਬਰਥ ਹੈਗਾ ਪਰਮਾਤਮਾ ਲੰਬੀਆਂ ਉਮਰਾਂ ਬਖਸ਼ੇ ਤਾਂ ਉਹਨਾਂ ਨੂੰ ਹੋ ਸਕਦਾ ਨੰਦ ਲਾਲ ਨੂਰਪੁਰੀ ਬਾਰੇ ਹੋਰ ਵੀ ਪਤਾ ਹੋਵੇ ਉਹਨਾਂ ਜਾਣਕਾਰੀ ਹੋਵੇ ਅਤੇ ਉਹਨਾਂ ਦੇ ਗੀਤਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗੀਤ ਜਿਹੜੇ ਨੇ ਸਾਰੇ ਜ਼ਰੂਰ ਇੱਕ ਦਿਲ ਨੂੰ ਬੜਾ ਮਿੱਠਾ ਜਿਹਾ ਹੁਲਾਰਾ ਦੇ ਕੇ ਜਾਂਦੇ ਨੇ ਬੜਾ ਮਿੱਠਾ ਜਿਹਾ ਇੱਕ ਆਨੰਦ ਦੇ ਕੇ ਜਾਂਦੇ ਨੇ ਜਦੋਂ ਉਹਨਾਂ ਦਾ ਕੋਈ ਗੀਤ ਕਿਸੇ ਸਿੰਗਰ ਦੀ ਆਵਾਜ਼ ਦੇ ਵਿੱਚ ਗਾਇਕ ਦੀ ਆਵਾਜ਼ ਵਿੱਚ ਸੁਣਦੇ ਹਾਂ ਬਹੁਤ ਸਾਰੇ ਦਰਸ਼ਕਾਂ ਨੇ ਸੁਣਿਆ ਹੋਏਗਾ ਬੱਲੇ ਨਹੀਂ ਪੰਜਾਬ ਦੀ ਸ਼ੇਰ ਬੱਚੀਏ ਆਸਾ ਸਿੰਘ ਮਸਤਾਨਾ ਉਹਨਾਂ ਦਾ ਗੀਤ ਸੀਗਾ ਪਰ ਅੱਜ ਮੈਂ ਜਿਹੜੇ ਹੋਰ ਗੀਤ ਲਿਆ ਉਹ ਅਗਲਾ ਗੀਤ ਹੈਗਾ ਜੀ ਖਤ ਆਇਆ ਸੋਹਣੇ ਸੱਜਣਾ ਦਾ ਕਦੇ ਪੜ੍ਹਨੀ ਹੈ ਕਦੇ ਰੱਖਣੀ ਆ ਇਹ ਵੀ ਬੜਾ ਵੱਖਰੀ ਤਰ੍ਹਾਂ ਦਾ ਗੀਤ ਹੈ ਬਹੁਤ ਹੀ ਖੂਬਸੂਰਤ ਗੀਤ ਹੈਗਾ ਸੁਰਿੰਦਰ ਕੌਰ ਜੀ ਦੀ ਆਵਾਜ਼ ਵਿੱਚ ਇਹ ਇੱਥੇ ਇਕਬਾਲ ਮਾਲ ਸਾਹਿਬ ਕਨੇਡਾ ਹੈਗੇ ਨੇ ਉਹਨਾਂ ਨੇ ਤਕਰੀਬਨ ਪੁਰਾਣੇ ਸਾਰੇ ਗਾਇਕਾਂ ਦੀ ਅਗਰ ਸਾਨੂੰ ਵੀਡੀਓ ਕੋਈ ਮਿਲਦੀ ਹੈ ਤੁਹਾਨੂੰ ਦਿਖਾਉਣ ਵਾਸਤੇ ਤਾਂ ਉਹਨਾਂ ਦੇ ਜ਼ਰੀਏ ਹੀ ਮਿਲਦੀ ਹੈ ਕਿਉਂਕਿ ਉਹਨਾਂ ਨੇ ਤਕਰੀਬਨ ਸਾਰੇ ਸਿੰਗਰਾਂ ਨੂੰ ਇੱਥੇ ਰਿਕਾਰਡ ਕੀਤਾ ਹੈਗਾ ਸੁਰਿੰਦਰ ਕੌਰ ਜੀ ਤੋਂ ਲੈ ਕੇ ਸਤਿੰਦਰ ਸਰਤਾਜ ਤੱਕ ਸਾਰੇ ਗਾਇਕਾਂ ਨੂੰ ਰਿਕਾਰਡ ਕੀਤਾ ਹਾਜ਼ਰਾ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਮੈਂ ਜਗਤਾਰ ਸਿੰਘ ਜੱਗੀ ਅਤੇ ਗੱਲਬਾਤ ਅੱਜ ਚੱਲ ਰਹੀ ਨੰਦ ਲਾਲ ਨੂਰਪੁਰੀ ਸਾਹਿਬ ਦੀ ਅਤੇ ਨਾਲ ਸੋਮਵਾਰ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਸੋਮਵਾਰ ਦੇ ਦਿਨ ਕੋਈ ਬਾਹਲਾ ਵਿਸ਼ਾ ਵਸਤੂ ਨਹੀਂ ਹੁੰਦਾ ਗੱਲ ਜਿਹੜੀ ਵੀ ਦਿਲ ਦੀ ਹੋਵੇ ਉਹ ਕਰ ਸਕਦੇ ਹਾਂ ਲੰਘੇ ਹਫ਼ਤੇ ਦੀ ਵੀ ਕਰ ਸਕਦੇ ਹਾਂ ਕੋਈ ਰਾਜਨੀਤੀ ਦੀ ਗੱਲ ਕਰਨੀ ਆ ਉਹ ਵੀ ਕਰ ਸਕਦੇ ਹਾਂ ਕੋਈ ਹੋਰ ਤੁਹਾਡੇ ਜ਼ਿਹਨ ਦੇ ਵਿੱਚ ਦਿਲ ਦੇ ਵਿੱਚ ਗੱਲ ਹੈਗੀ ਆ ਜੋ ਲੱਖਾਂ ਪੰਜਾਬੀਆਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਉਹ ਆਪਾਂ ਕਰ ਸਕਦੇ ਹੁੰਦੇ ਹਾਂ ਅਤੇ ਨਾਲ ਦੀ ਨਾਲ ਆਪਾਂ ਕਾਲਾਂ ਵਾਲੇ ਪਾਸੇ ਚੱਲਦੇ ਹਾਂ ਜੀ ਸ਼ੁਰੂ ਕਰ ਦਿੰਦੇ ਕਾਲਾਂ ਸਿਲਸਿਲਾ ਅਤੇ ਕਾਲਾਂ ਉਹ ਜੋ ਕਿ ਫਿਰ 8:30 ਪੈਸੀਫਿਕ ਟਾਈਮ ਤੱਕ ਜਾਰੀ ਰਹੇਗਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਰਾਜਕੁਮਾਰ ਜੀ ਜੀ ਰਾਜਕੁਮਾਰ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਵਾਹ ਜੀ ਵਾਹ ਵਾਹ ਜੀ ਵਾਹ ਤੇ ਕੀ ਕਹਿੰਦਾ ਮੌਸਮ ਗਰਮੀ ਗੁਰਮੀ ਗਰਮੀ ਬਹੁਤ ਜ਼ੋਰ ਆਉਂਦੇ ਆ ਜੀ ਅੱਛਾ ਤੁਹਾਡੇ ਵੱਲ ਅੱਛਾ ਉੱਧਰ ਠੀਕ ਹੈ ਅਤੇ ਇਹ ਨੰਦ ਲਾਲ ਨੂਰਪੁਰੀ ਮੁੜ ਕੇ ਫਿਰ ਜਲੰਧਰ ਰੱਖ ਕੇ ਠਹਿਰਿਆ ਨਾ ਉਦੋਂ ਬਾਅਦ 1947 ਤੋਂ ਬਾਅਦ ਮਾੜਾ ਜਿਹਾ ਹੋਲਡ ਰੱਖਿਓ ਮਾੜਾ ਜਿਹਾ ਹੋਲਡ ਰੱਖਿਓ ਹਾਂਜੀ ਹਾਂਜੀ ਰਾਜਕੁਮਾਰ ਜੀ ਜੀ
ਜੀ ਰਾਜਕੁਮਾਰ ਜੀ ਸਾਡੇ ਦਸਵੀਂ ਦਸਵੀਂ ਦੇ ਸਿਲੇਬਸ 'ਚ ਆਇਆ ਸੀ ਜੀ ਨੰਦ ਲਾਲ ਦੀ ਕਿਤਾਬ। ਅੱਛਾ ਕਿਤਾਬ ਲੈ ਕੇ ਆਏ ਮਾੜਾ ਸੀ ਨਾਨਕ ਸਿੰਘ ਆਪਣਾ। ਹਾਂਜੀ ਅੱਛਾ ਕਿਤਾਬ ਲੱਗੀ ਹੋਈ ਸੀ ਸਾਨੂੰ ਅਤੇ ਜ਼ਰੂਰੀ ਕੰਪਲਸਰੀ ਹੁੰਦੀ ਸੀ। ਅਤੇ ਇਹ ਜਿਹੜੀ ਇਹਨਾਂ ਦੀ ਆਹ ਗੀਤ ਹੈਗਾ ਬਹੁਤ ਗਾਇਕਾਂ ਨੇ ਗਾਇਆ ਵੀ ਆ ਉਹ ਦੁਨੀਆਂ ਦੇ ਬੰਦੇ ਉਹ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਉਹ ਵੀ ਸਿਲੇਬਸ ਦੇ ਵਿੱਚ ਹੁੰਦੀ ਸੀ ਪੰਜਾਬੀ ਦੇ। ਪਤਾ ਕੀ ਆ ਜੀ ਕਰਤਾਰ ਸਿੰਘ ਜੀ ਮੈਂ ਹੁਣ ਸੋਚਦਾ ਕਈ ਵਾਰੀ ਹਾਂਜੀ ਤਾਜ਼ੇ ਤਾਰ ਦੇ ਨਾਲ ਹੁਣ ਜਸ ਪੰਜਾਬੀ ਵਿੱਚ ਹੋਏ। ਹਾਂਜੀ ਮੈਂ ਜਸ ਪੰਜਾਬੀ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ। ਆਹੋ ਜੀ ਆਹੋ ਵੈਲਕਮ, ਅਸੀਂ ਤਾਂ ਉਡੀਕਦੇ ਅਸੀਂ ਤਾਂ ਅਸੀਂ ਤਾਂ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਸਰ ਅਸੀਂ ਤਾਂ ਅਨਾਊਂਸ ਵੀ ਕਰਦੇ ਹਾਂ ਜੀ ਸਾਨੂੰ ਜ਼ਰੂਰਤ ਹੈ ਹਰ ਸ਼ਹਿਰ ਦੇ ਵਿੱਚ ਜਿਹੜਾ ਵੀ ਕੋਈ ਮਿੱਤਰ ਪਿਆਰਾ ਕਰਨਾ ਚਾਹੁੰਦਾ ਸ਼ੌਕ ਹੋਵੇ ਕਿਸੇ ਨੂੰ ਸ਼ੌਕ ਨਾਲ ਹੀ ਹੁੰਦੇ ਜੀ ਕੰਮ ਅਤੇ ਉਹ ਜ਼ਰੂਰ ਸਾਡੀ ਟੀਮ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਆ ਸਕਦੇ ਜੀ। ਤੁਸੀਂ ਤਾਂ ਵੈਸੇ ਵੀ ਸਾਡੇ ਪਰਿਵਾਰ ਦੇ ਮੈਂਬਰ ਹੋ ਬੜੀ ਦੇਰ ਤੋਂ। ਬਿਲਕੁਲ ਜੀ ਮੈਂ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦਾ ਵਾ ਸਹੀ ਗੱਲ ਜੀ ਅਤੇ ਮੈਂ ਤੁਹਾਨੂੰ ਅਸ਼ਮਤਾ ਨੂੰ ਕਰ ਲੂੰ ਫੋਨ ਤੁਹਾਨੂੰ ਉੱਥੋਂ ਨਿਊਯਾਰਕ ਤੋਂ ਅਤੇ ਜ਼ਰੂਰ ਤੁਸੀਂ ਕਰੋ ਜ਼ਰੂਰ ਸੇਵਾ ਕਰੋ ਪੰਜਾਬੀਆਂ ਦੀ। ਬਿਲਕੁਲ ਬਿਲਕੁਲ ਜੀ ਤੁਸੀਂ ਸਾਰਾ ਕੁਛ ਕਰ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਚਲੋ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਤੁਹਾਡੀ ਕਾਲ ਕਰਨ ਵਾਸਤੇ ਤੁਹਾਡਾ ਧੰਨਵਾਦ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆ ਰਹੇ ਹੋ ਜੀ ਘੁੰਮਣ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਘੁੰਮਣ ਸਾਹਿਬ ਸਵਾਗਤ ਆ ਹਾਂਜੀ ਨੂਰਪੁਰੀ ਸਾਹਿਬ ਦੀ ਗੱਲ ਹੋ ਰਹੀ ਹੈ ਵੈਸੇ ਉਹਨਾਂ ਦਾ ਤਾਂ ਲਾ ਜਵਾਬ ਉਹ ਜੋ ਗੀਤ ਲਿਖੇ ਨੇ ਲਾ ਜਵਾਬ ਸੀ ਬਿਲਕੁਲ ਬਿਲਕੁਲ ਮੈਂ ਵੀ ਥੋੜ੍ਹਾ ਜਿਹਾ ਕੋਈ ਲਾਈਨਾਂ ਕਹਿਣਾ ਚਾਹੁੰਦਾ ਜ਼ਰੂਰ ਕਹੋ ਜੀ ਹੈਲੋ ਹਾਂਜੀ ਹਾਂਜੀ ਕਹੋ ਜੀ ਘੁੰਮਣ ਸਾਹਿਬ ਕਹੋ ਕਹੋ ਤੁਸੀਂ ਆਉਂਦੇ ਰਹੋ ਹਾਂਜੀ ਹਾਂਜੀ ਜੀ ਟੀ ਵੀ ਦੀ ਆਵਾਜ਼ ਘੱਟ ਕਰਕੇ ਨਾ ਘੁੰਮਣ ਸਾਹਿਬ ਟੀ ਵੀ ਦੀ ਆਵਾਜ਼ ਘੱਟ ਕਰ ਲਓ ਵਿਰਸਾ ਜੀ ਇਹ ਗੁਰਪੀਰਾਂ ਦੀ ਧਰਤੀ ਹੈ ਜੀ ਇਹ ਗੁਰਪੀਰਾਂ ਦੀ ਧਰਤੀ ਹੈ ਇੱਥੇ ਨਾਨਕ ਸਾਂਝਾ ਪੀਰ ਹੋਇਆ ਵਾਹ ਜੀ ਵਾਹ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨਾਲ ਸਾਡਾ ਵਿਰਸਾ ਬਹੁਤ ਅਮੀਰ ਹੋਇਆ ਜੀ ਇਹਦੇ ਵੀਰ ਬਹਾਦਰ ਸੂਰਿਆਂ ਨੇ ਇਹਦੇ ਵੀਰ ਬਹਾਦਰ ਸੂਰਿਆਂ ਨੇ ਨਾਜ਼ਰ ਅਬਦਾਲੀ ਨੂੰ ਲਲਕਾਰਿਆ ਸੀ ਜੋ ਖੈਬਰ ਰਸਤੇ ਚੜਾਉਂਦੇ ਸੀ ਜੀ ਉਹਨਾਂ ਨੂੰ ਵਾਪਸ ਕਬਜ਼ਾ ਵਾੜਿਆ ਸੀ ਜੀ ਅੱਗਿਆ ਜੀ ਭਾਰਤ ਦੀ ਜੰਗੇ ਆਜ਼ਾਦੀ ਦਾ ਇਤਿਹਾਸ ਜਦ ਲਿਖਿਆ ਜਾਵੇਗਾ ਇਸ ਵਿੱਚ ਭਗਤ ਊਧਮ ਸਰਾਭੇ ਨੂੰ ਸੁਨਹਿਰੀ ਅੱਖਰਾਂ ਚ ਲਿਖਿਆ ਜਾਵੇਗਾ ਜੀ ਉਹਨਾਂ ਨਾਲ ਹੋਰ ਵੀ ਲੱਖਾਂ ਸੀ ਜੋ ਆਜ਼ਾਦੀ ਲਈ ਕੁਰਬਾਨ ਹੋਏ ਉਹ ਯਾਦ ਉਹਨਾਂ ਨੂੰ ਕਰ ਲਈਏ ਜੋ ਦੇਸ਼ ਕੌਮ ਦੀ ਸ਼ਾਨ ਹੋਏ ਜੀ ਬਿਲਕੁਲ ਇਹਦੇ ਸ਼ਾਲ ਛਬੀਲੇ ਗਬਰੂ ਜੋ ਨਾ ਈਨ ਕਿਸੇ ਦੀ ਮੰਨਦੇ ਨੇ ਇਹਦੇ ਸ਼ਾਲ ਛਬੀਲੇ ਗਬਰੂ ਜੋ ਨਾ ਈਨ ਕਿਸੇ ਦੀ ਮੰਨਦੇ ਨੇ ਇਹ ਨਾ ਕਿਸੇ ਨੂੰ ਡਰਾਉਂਦੇ ਨੇ ਤੇ ਨਾ ਕਿਸੇ ਤੋਂ ਡਰਦੇ ਨੇ ਜੀ ਪਰ ਭੁਲੇਖੇ ਵਿੱਚ ਨਾ ਕੋਈ ਰਹਿ ਜਾਏ ਇਹ ਭਾਜੀ ਮੋੜ ਨਾ ਜਾਣਦੇ ਨੇ ਸਰਹੰਦ ਦੀਆਂ ਕੰਨਾਂ ਤੋਂ ਪੁੱਛ ਲਓ ਕਿ ਏਟ ਨਾ ਏਟ ਉਜਾਉਂਦੇ ਨੇ ਸਰਹੰਦ ਦੀਆਂ ਕੰਨਾਂ ਤੋਂ ਪੁੱਛ ਲਓ ਏਟ ਨਾ ਏਟ ਉਜਾਉਂਦੇ ਨੇ ਬਹੁਤ ਮਿਹਰਬਾਨੀ ਘੁੰਮਣ ਸਾਹਿਬ ਬਹੁਤ ਮਿਹਰਬਾਨੀ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਸਰਦਾਰ ਸੁਰਿੰਦਰ ਸਿੰਘ ਜੀ ਹਾਂਜੀ ਸਰਦਾਰ ਜਗਤਾਰ ਸਿੰਘ ਜੱਗੀ ਕੀ ਹਾਲ ਚਾਲ ਵੀਰੇ ਮੈਂ ਕਿਹਾ ਜੀ ਕਿਰਪਾ ਪੂਰੀ ਵਧੀਆ ਹੁਣ ਤਾਂ ਮਾਹੌਲ ਵੀ ਠੀਕ ਹੁੰਦਾ ਜਾਂਦਾ ਹੋ ਜਾਣਾ ਹੋਰ ਵੀ ਅਤੇ ਤੁਸੀਂ ਸੁਣਾਓ ਚਲੋ ਪਰਮਾਤਮਾ ਕਿਰਪਾ ਕਰੇ ਸੱਚੇ ਪਾਤਸ਼ਾਹ ਠੀਕ ਹੈ ਜੀ ਠੀਕ ਹੈ ਆਪਣੇ ਵੀ ਦੋ ਲੱਗ ਗਏ ਆ ਵਾਹ ਜੀ ਵਾਹ ਚਲੋ ਅਤੇ ਇਹ ਸਾਰਿਆਂ ਦੇ ਲੱਗ ਜਾਣੇ ਬਸ ਹੌਲੀ ਹੌਲੀ ਅਤੇ ਹੋ ਜਾਣਾ ਠੀਕ ਮਾਹੌਲ ਚਲੋ ਪਰਮਾਤਮਾ ਭਲੀ ਕਰੇ ਚੀਨ ਦੇ ਵਿੱਚ ਤਾਂ ਕਿਤੇ ਦੁਬਾਰਾ ਫਿਰ ਸ਼ੁਰੂ ਹੋ ਗਿਆ ਕੰਮ ਇਹ ਤਾਂ
ਤਾਂ ਜੀ ਹੁਣ ਪਤਾ ਨਹੀਂ ਰੱਬ ਦੇ ਰੰਗ ਆ, ਪਤਾ ਨਹੀਂ ਉਹਨੂੰ ਇਹ ਕੋਈ ਕੋਈ ਸਾਡੀ ਕੋਈ ਪੱਕਾ ਬਹਿਦਾ ਥੋੜਾ ਭਾਈ ਠਾਏ ਲੈਣੀ ਆ, ਕੋਈ ਹੋਰ ਲਾ ਦੂਗਾ। ਸਹੀ ਸਹੀ ਆ, ਤੇ ਚਲੋ ਭਾਰਤ ਦੇ ਵਿੱਚ ਕਿਤੋਂ ਲੈਣ ਜਾਣੀ ਆ। ਹਾਂ ਚਲੋ ਠੀਕ ਆ ਜੀ। ਅਤੇ ਨੰਦ ਲਾਲ ਨੂਰਪੁਰ ਜੀ ਸਾਹਿਬ ਦੇ ਗਾਣਿਆਂ ਬਾਰੇ ਕੋਈ ਜਾਣਕਾਰੀ ਹੈ ਕਿੰਨੀ, ਕੋਈ ਹੋਰ ਕੋਈ ਗੱਲਬਾਤ ਪਤਾ ਹੋਵੇ ਉਹਨਾਂ ਬਾਰੇ? ਹਾਂ ਗਾਣੇ ਤਾਂ ਬਹੁਤ ਆ, ਪਰ ਥਾਣੇਦਾਰੀ ਵੀ ਕੀਤੀ ਥੋੜ੍ਹਾ ਚਿਰ। ਅੱਛਾ, ਪੁਲਿਸ ਦੇ ਵਿੱਚ ਨੌਕਰੀ ਵੀ ਕੀਤੀ ਹੈ? ਟੀਚਰ ਮੇਰੇ ਖਿਆਲ ਰਹੇ ਸੀ ਪਹਿਲਾਂ ਤਾਂ, ਟੀਚਰ ਵੀ ਪਹਿਲਾਂ ਪੁਲਿਸ 'ਚ ਵੀ ਨੌਕਰੀ ਕੀਤੀ, ਕਿਉਂਕਿ ਸਾਡੀ ਜ਼ਮੀਨ ਸੀ ਉੱਥੇ ਕਰਤਾਰਪੁਰ ਲੱਗ ਗਈ, ਉੱਥੇ ਆਉਂਦੇ ਹੁੰਦੇ ਸੀ ਪਾਪਾ ਜੀ ਦੇ ਕੋਲ, ਅਲੀ ਖੇਲਾ ਪਿੰਡ ਸੀਗਾ ਅਤੇ ਇੱਥੇ ਅਮੀਰੇ ਲਾਗੇ ਟੈਲਾ, ਉੱਥੇ ਥਾਣੇਦਾਰ ਹੁੰਦੇ ਸੀ ਲੱਗੇ ਹੋਏ। ਅਤੇ ਨਹੀਂ ਫਿਰ ਜਿਹੜਾ ਇਹ ਕਹਿੰਦੇ ਆ ਵੀ ਭੁੱਖ ਦੇ ਦੁੱਖੋਂ ਉਹਨਾਂ ਨੇ ਇਹ ਕਰਿਆ, ਐਡੇ ਵੱਡੇ ਸ਼ਾਇਰ ਨੇ, ਅਤੇ ਉਹ ਫਿਰ ਕਿਉਂ ਕਰਿਆ ਜੇ ਟੀਚਰ ਵੀ ਸੀਗੇ ਜਾਂ ਪੁਲਿਸ ਦੇ ਵਿੱਚ ਵੀ ਸੀਗੇ, ਅਤੇ ਮਾੜਾ ਹਾਲ ਹੋਣਾ ਨਹੀਂ ਚਾਹੀਦਾ? ਚਲੋ ਉਸ ਵੇਲੇ ਆਮਦਨ ਵੀ ਕੀ ਹੈ ਵੀ ਦਸਾਂ ਪੰਜਾਹਾਂ ਸੱਠਾਂ ਰੁਪਈਆਂ ਦੀ ਸੌਕ ਦੀ ਤਨਖਾਹ ਹੁੰਦੀ ਸੀਗੀ, ਤਾਂ ਪਰਿਵਾਰ ਵੱਡਾ ਸੀ, ਕਿਸੇ ਵੇਲੇ ਕਿਸੇ ਹੋਰ ਵੀ ਬੰਦੇ ਨੂੰ ਪਰੇਸ਼ਾਨੀ ਹੋ ਜਾਂਦੀ ਆ। ਸ਼ਹਿਰ ਬਣਿਆ, ਸ਼ਹਿਰ ਦਾ ਗੱਭਿਆ ਹੋਗਾ, ਉਦੋਂ ਖੇਤ ਜਿਹਾ ਹੁੰਦੇ ਸੀ, ਪਿੰਡ ਜਿਹਾ ਸੀਗਾ ਉਹ। ਹੁਣ ਤਾਂ ਉਧਰ ਸਾਰਾ ਕੁਛ ਹੀ ਉਧਰ ਆ ਮੇਰੇ ਖਿਆਲ, ਪਰ ਰੇਲਵੇ ਸਟੇਸ਼ਨ ਵੀ ਉਧਰ ਹੀ ਜਲੰਧਰ ਦਾ, ਤੇ ਕਿਹੜਾ ਕ੍ਰਿਸ਼ਨਪੁਰਾ ਮਹੱਲਾ, ਕ੍ਰਿਸ਼ਨਪੁਰਾ ਰੇਲਵੇ ਸਟੇਸ਼ਨ ਲੰਘਦੇ ਸੀ ਤੇ ਨਾਲੇ ਉਹ ਆ ਜਾਂਦਾ ਸੀ ਮੋਰੀਆ ਪੁਲ, ਮੋਰੀਆ ਪੁਲ ਲੰਘ ਕੇ ਸੀਗਾ ਇਹ। ਅੱਛਾ ਅੱਛਾ, ਹੋਏਗਾ ਅਜੇ ਵੀ ਉੱਥੇ ਉਸ, ਹਾਂਜੀ ਉੱਥੇ ਖੇਤਾਂ 'ਚ ਖੂਹ ਸੀ, ਉਹਦੇ ਵਿੱਚ ਨਹੀਂ ਮਾਰੀ ਸੀ ਛਾਲ ਜੀ ਜੀ। ਅਤੇ ਕਾਰਨਾਂ ਦਾ ਨਹੀਂ ਕੋਈ ਆਈਡੀਆ? ਇਹਨਾਂ ਦੇ ਪਤਾ ਨਹੀਂ ਕਾਰਨ ਦਾ ਨਹੀਂ ਜੀ ਪਤਾ। ਇੱਥੇ ਜੱਗਾ ਇੱਕ ਵਾਰੀ ਆਇਆ ਸੀ, ਉਹਦਾ ਮਿੱਤਰ ਸੀਗਾ, ਕਹਿੰਦਾ ਜੀ ਮੈਂ ਬਣਾਊਂਗਾ ਜਗ੍ਹਾ ਜਗ੍ਹਾ, ਭਾਪਾ ਜੀ ਕਹਿੰਦੇ 85 ਕੁ 'ਚ ਆਇਆ ਸੀ, ਕਹਿੰਦੇ ਤੂੰ ਬਣਾ ਅਤੇ ਪੈਸੇ ਪੂਸੇ ਤੈਨੂੰ ਇਕੱਠੇ ਕਰ ਦੇ, ਮੁੜ ਕੇ ਉਹ ਵੀ ਬਹਿ ਬੂ ਗਿਆ। ਅੱਛਾ, ਹੁਣ ਵੀ ਕੁਛ ਨਹੀਂ ਕੀਤਾ ਜੀ, ਪਰ ਚਾਹੀਦਾ ਜਿਹੋ ਜਿਹਾ, ਇੰਨਾ ਵਧੀਆ ਸਾਹਿਤ ਲਿਖਿਆ, ਚਲੋ ਗੀਤ ਉਹਨਾਂ ਦੇ ਸਾਹਮਣੇ ਹੋਏ, ਜੇ ਥੋੜ੍ਹਾ ਬਹੁਤ ਸਰਕਾਰਾਂ ਕੋਸ਼ਿਸ਼ ਕਰਕੇ ਥੋੜ੍ਹਾ ਬਹੁਤ ਹੋਰ ਵੀ ਮਾੜਾ ਮੋਟਾ ਕੋਈ ਬਣਾ ਦੇ, ਕੋਈ ਲਾਇਬ੍ਰੇਰੀ ਉਹਦੇ ਨਾਂ ਦੀ ਬਣਾ ਲੈਣ, ਕੁਛ ਬਣਾ ਦਿੰਦੇ, ਤਾਂ ਵੀ ਗੱਲ ਵਧੀਆ ਬਣ ਸਕਦੀ। ਸਰਕਾਰਾਂ ਨੇ ਤਾਂ ਕੁਛ ਵੀ ਨਹੀਂ ਗੱਲ ਹੁੰਦੀ, ਪਰ ਕਰਨਾ ਚਾਹੁਣ ਤਦੇ ਇਹਨਾਂ ਦੇ ਆਪਣੇ ਢਿੱਡ ਭਰਨ ਜੱਗੀ ਜੀ ਤਦੇ ਹੀ ਆ। ਉਹ ਤਾਂ ਹੈ, ਸਹੀ ਗੱਲ। ਆਹੋ ਹੁਣ 10 ਪੈਨਸ਼ਨਾਂ ਲੈਂਦਾ ਬਾਪੂ ਜੀ, ਇੱਕ ਲਾ ਦੇਵੇ, ਇੱਕ ਪੈਨਸ਼ਨ ਮਹੀਨੇ ਇੱਕ ਦੀ ਲਾ ਦੇਵੇ, ਉਹਦੇ ਨਾਲ ਬਹੁਤ ਕੁਛ ਲਾਇਬ੍ਰੇਰੀ ਤਾਂ ਬਣ ਸਕਦੀ ਆ। ਆਹੋ ਸਾਰੇ ਹੀ ਆ, ਸਾਰੇ ਲੀਡਰ ਹੀ ਆ ਜੀ ਆਪਣੇ, ਜਦੋਂ ਕੋਈ ਤਨਖਾਹ ਵੱਧਦੀ ਐਮ ਐਲ ਏ ਦੀ ਉਦੋਂ ਕੋਈ ਨਹੀਂ ਬੋਲਦਾ ਵੀ ਨਹੀਂ ਵਧਾਉਣੀ ਚਾਹੀਦੀ, ਅਤੇ ਬਾਕੀ ਕੰਮਾਂ ਲਈ ਵਿਰੋਧ ਦੀ ਭੰਗੜੇ ਪਾਉਂਦੇ ਜੀ। ਚਲੋ ਇੱਕ ਗਾਣਾ ਹੈ ਨਹੀਂ ਉਦੋਂ ਲਿਖਿਆ ਸੀ ਜਿਸ ਵੇਲੇ ਆਪਣੇ ਚਾਚਾ ਜੀ ਜੀ ਸੋਹਣੀ ਵੀ ਉਦੋਂ ਮੋਰਚਾ ਇੱਦਾਂ ਦਾ ਚੱਲਦਾ ਸੀ, ਉਦੋਂ ਵੀ ਮੇਰੇ ਖਿਆਲ ਕਾਫੀ ਚਿਰ ਉਹ ਵੀ ਮੋਰਚਾ ਚੱਲਿਆ ਸੀ। ਕਿਹੜਾ ਜੀ? ਹੈਲੋ, ਹਾਂਜੀ ਹਾਂਜੀ, ਕਿਹੜਾ ਮੋਰਚਾ? ਪਗੜੀ ਸੰਭਾਲ ਮੋਰਚਾ। ਹਾਂ ਹਾਂ ਹਾਂ, ਪਗੜੀ ਸੰਭਾਲ ਮੋਰਚਾ, ਅਜੀਤ ਸਿੰਘ। ਹਾਂ, 1906 ਦੇ ਵਿੱਚ ਗਾਣਾ ਇਹ ਨਹੀਂ ਲਿਖਿਆ ਸੀਗਾ। ਹਾਂਜੀ, ਉਦੋਂ ਬਾਅਦ ਉਹਦੇ ਲਈ ਇੱਕ ਗਾਣਾ ਮਤਲਬ ਪੰਜਾਬ ਲਈ ਲਿਖਿਆ ਸੀ ਨੀ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ, ਓਏ ਫਸਲਾਂ ਨੂੰ ਖਾ ਗਏ ਕੀੜੇ, ਤਨ ਤੇ ਨੀ ਤੇਰੇ ਲੀੜੇ, ਭੁੱਖਾਂ ਨੇ ਖੂਨ ਨਚੋੜੇ, ਰੋਂਦੇ ਨੇ ਬਾਲ, ਓਏ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ, ਓਏ ਬਣਦੇ ਨੇ ਤੇਰੇ ਲੀਡਰ, ਰਾਜੇ ਤੇ ਖਾਨ ਬਹਾਦਰ, ਤੈਨੂੰ ਤੇ ਖਾਵਣ ਖਾਤਰ ਵਿਛਦੇ ਨੇ ਜਾਲ, ਓਏ ਹਿੰਦੇ ਤੇਰਾ ਮੰਦਰ, ਇਸ ਦਾ ਬਜ਼ਾਰੀ ਤੂੰ ਚੱਲੇਗਾ ਕਦੋਂ ਤੱਕ ਆਪਣੀ ਖੁਮਾਰੀ, ਤੂੰ ਲੜਨੇ ਨੇ ਮਰਨੇ ਦੀ ਕਰ ਲੈ ਤਿਆਰੀ, ਤੂੰ ਪਗੜੀ ਸੰਭਾਲ ਪਗੜੀ ਸੰਭਾਲ, ਓਏ ਸੀਨੇ ਉੱਤੇ ਖਾਵੇਂ ਤੀਰ, ਰਾਂਝਾ ਤੂੰ ਦੇਸ਼ੇ ਹੀਰ, ਸੰਭਲ ਕੇ ਜਾਲ ਵੀਰ ਪਗੜੀ ਸੰਭਾਲ, ਤੁਸੀਂ ਕਿਉਂ ਨੇ ਵੀਰੋ ਬੰਗਾਰ, ਓਏ ਹੋ ਕੇ ਇਕੱਠੇ ਵੀਰੋ ਮਾਰੋ ਲਲਕਾਰ, ਓਏ ਤਾੜੀ ਹੱਥ ਨਾਲ ਵੱਜਦੀ ਛਾਤੀਆਂ ਨੂੰ ਤਾਣ, ਓਏ ਪਗੜੀ ਸੰਭਾਲ ਪਗੜੀ ਸੰਭਾਲ, ਓਏ ਪਗੜੀ ਸੰਭਾਲ ਜੱਟਾ। ਇਹ ਮੇਰੇ ਖਿਆਲ ਮੰਗਤੀ ਫਿਲਮ ਦੇ ਵਿੱਚ ਵੀ ਗਾਇਆ ਸੀ ਇਹਨਾਂ ਨੇ ਗੀਤ, ਇਹ ਲਿਖਿਆ ਸੀ, ਮੰਗਤੀ ਫਿਲਮ ਆਈ ਸੀ ਪਹਿਲਾਂ ਬਹੁਤ ਦੇਰ ਪਹਿਲਾਂ। ਹੋ ਸਕਦਾ ਜੀ, ਮੈਂ ਤਾਂ ਦੇਖੀ ਨਾ ਫਿਲਮ, ਹੀ ਮੈਂ ਕਹੀਏ ਪੁਰਾਣੀਆਂ ਫਿਲਮਾਂ ਘੱਟੀ ਦੇਖੀਆਂ। ਚਲੋ ਮਿਹਰਬਾਨੀ ਜੀ ਬਹੁਤ ਸੁਰਿੰਦਰ ਸਿੰਘ ਜੀ, ਗਾਣੇ ਬਹੁਤ ਗਾਏ ਆ ਜੀ, ਕੋਈ ਅੰਤ ਨਹੀਂ, ਸੁਰਿੰਦਰ ਕੌਰ ਨੇ ਬਹੁਤ ਇਹਨਾਂ ਦੇ ਗਾਣੇ ਗਾਏ ਆ, ਬਹੁਤ ਗਾਣੇ ਗਾਏ, ਜਿੱਦਾਂ ਗੋਰੀ ਦੀਆਂ ਝਾਂਜਰਾਂ ਸੀਗੀਆਂ, ਚੰਨ ਵੇਖ ਸ਼ੌਂਕਣ ਮੇਲੇ ਦੀ, ਪੈਰ ਧੋ ਕੇ ਝਾਂਜਰ ਪਾਉਂਦੀ ਮੇਲਦੀ ਆਉਂਦੀ, ਕੈਸੀ ਕੈਸੀ ਵਾਰਡਿੰਗ ਹੈ, ਮੇਰਾ ਗੁੱਸੇ ਗੁੱਸੇ ਪੁੰਨੂ ਹੋ ਕੌਣ ਹੌਲਦਾਰ ਨਹੀਂ ਆਈ ਨਾ ਕਟਾ ਕੇ ਨਾਮਾ, ਹਾਂ ਆਈਏ ਕਟਾ ਕੇ, ਬਹੁਤ ਗਾਣੇ ਗਾਏ, ਬਹੁਤ ਵਧੀਆ, ਚਲੋ ਮਿਹਰਬਾਨੀ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ। ਹੈਲੋ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ,
ਜੀ ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੀ 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 ਸਵਾਗਤ ਬਹੁਤ ਬਹੁਤ ਸਵਾਗਤ ਜੀ ਜੀ ਹਾਂਜੀ ਮਾਹੌਲ ਤਾਂ ਲੱਗਦਾ ਇੱਕ ਤਾਂ ਨਹੀਂ ਖੁੱਲ ਗਿਆ ਇੱਥੇ ਅਮਰੀਕਾ ਦੀ ਗੱਲ ਕਰਦੇ ਹੋ ਹੈਲੋ ਹਾਂਜੀ 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 ਇੱਥੇ ਤਾਂ ਤੁਸੀਂ ਲਾ ਲਓ ਸਾਰੀਆਂ ਜਗ੍ਹਾ ਤੇ ਮਾਸਕਾਂ ਮੁਸਕਾਂ ਸਾਈਨ ਚੱਕਰ ਤੇ ਬੈਂਕ ਵਾਲਿਆਂ ਨੇ ਕਿਹਾ ਤਾਂ ਨੋ ਮਾਸਕ ਰਿਕੁਆਇਰਡ ਉਹ ਅੱਛਾ ਸਾਡੇ ਨਹੀਂ ਹਜੇ ਕਿਹਾ ਨਿਊਯਾਰਕ ਦੇ ਵਿੱਚ ਕਹਿ ਤਾਂ ਸ਼ਾਇਦ ਇੱਥੇ ਸਾਡੇ ਨਹੀਂ ਕਿਹਾ ਹਜੇ ਕੈਲੀਫੋਰਨੀਆ ਸਾਡੇ ਦਾ ਜਿਹੜੇ ਹੁਣ ਮਰਜ਼ੀ ਸਟੋਰ 'ਚ ਚਲ ਜਾਓ ਦੂਸਰੇ ਚਲ ਜਾਓ ਮਾਸਕ ਮੁਸਕ ਦਾ ਕੋਈ ਚੱਕਰ ਹੀ ਨਹੀਂ ਵੀ ਮਾਸਕ ਲਾ ਕੇ ਆਓ ਸਾਡੇ ਵੀ ਸ਼ਾਇਦ 16 ਜੂਨ ਕਹਿੰਦੇ ਨੇ ਕੈਲੀਫੋਰਨੀਆ ਚਲੋ ਚੰਗੀ ਗੱਲ ਹੈ ਜੀ ਦਿਨ ਸੋ ਸ਼ੁਰੂ ਹੋਣਗੇ ਦਿਨ ਤਿਉਹਾਰ ਜਿਹੜੇ ਹੈਗੇ ਨੇ ਆਪਣੇ ਬੜੇ ਆਹ ਨਗਰ ਕੀਰਤਨਾਂ ਨੂੰ ਮਿਸ ਕਰਦੇ ਨੇ ਲੋਕ ਸਮਾਗਮਾਂ ਨੂੰ ਮਿਸ ਕਰਦੇ ਨੇ ਕਬੱਡੀਆਂ ਬਹੁਤ ਹੁੰਦੀਆਂ ਸੀਗੀਆਂ ਉਹਨਾਂ ਨੂੰ ਮਿਸ ਕਰਦੇ ਆ ਮੇਲੇ ਬਹੁਤ ਹੁੰਦੇ ਸੀਗੇ ਲੋਕ ਮਿਸ ਕਰਦੇ ਨੇ ਚਲੋ ਸ਼ੁਰੂ ਹੋ ਜਾਣਗੇ ਪਰ ਹੁਣ ਇਹ ਨਹੀਂ ਪਤਾ ਲੱਗ ਰਿਹਾ ਤੇ ਉਹ ਜਿੱਦਾਂ ਸਟੋਰ ਤੇ ਵੀ ਉਦਾਂ ਮੈਂ ਸੰਡੇ ਇੱਕ ਦਿਨ ਹੁਣ ਕੰਮ ਕਰਦਾ ਨਾ ਤੇ ਰਾਤੀ ਉਹ ਕਹਿੰਦੇ ਮਾਸਕ ਚਾਹੀਦੀ ਨਹੀਂ ਚਾਹੀਦੀ ਉਹ ਕੁਛ ਕਹਿੰਦੇ ਸੀ ਮੈਂ ਕਿਹਾ ਤੇਰੇ ਟੀਕੇ ਟੂਕੇ ਲੱਗ ਗਏ ਕਹਿੰਦਾ ਟੀਕਾ ਤਾਂ ਮਨਵਾਇਆ ਨੀ ਮੈਂ ਕਿਹਾ ਫੇਰ ਤਾਂ ਤੁਹਾਨੂੰ ਮਾਸਕ ਦੀ ਲੋੜ ਆ ਅੱਛਾ ਤੇ ਹੁਣ ਕਈਆਂ ਨੇ ਟੀਕੇ ਟੂਕੇ ਵੀ ਨੀ ਲਵਾਏ ਜੇ ਉਹਨੇ ਮਾਸਕਾਂ ਲਾ ਦਿੱਤੀਆਂ ਤੇ ਇਹਦੇ ਚ ਫਿਰ ਨਹੀਂ ਕੰਮ ਖਰਾਬ ਜਿਹੜਾ ਹੋਣਾ ਉਹ ਉਹਨਾਂ ਕਰਕੇ ਹੋਣਾ ਜਿਹਨਾਂ ਨੇ ਟੀਕੇ ਨਹੀਂ ਲਵਾਏ ਹਾਂਜੀ ਹਾਂਜੀ ਟੀਕੇ ਜ਼ਰੂਰੀ ਹੈ ਤੇ ਜਾਂ ਤਾਂ ਹੁਣ ਟੀਕੇ ਸਾਰੇ ਲਵਾ ਲੈਣਾ ਹੁਣ ਕੁਛ ਬੰਦੇ ਟੀਕੇ ਵਿੱਚ ਲਵਾ ਰਹੇ ਗਏ ਉਹ 80% ਵੀ ਲੱਗ ਜਾਣ ਕਹਿੰਦੇ ਤੇ ਫਿਰ ਕੋਈ ਖਤਰਾ ਨਹੀਂ ਹੈਗਾ ਹਾਲੇ ਤਾਂ ਮੇਰੇ ਹਿਸਾਬ ਨਾਲ 50% ਲੱਗ ਚੁੱਕੇ ਹੋਊਗੇ ਪਿੱਛੇ ਜੇ 45% ਸੀਗੇ 50 ਹੋ ਗਏ ਹੁਣ ਹੁਣ ਪਿੱਛੇ ਜੇ ਅੰਕੜੇ 45% ਦੇ ਸੀ 45-50 ਦਾ ਪੈ ਚੱਲਿਆ ਹਾਲੇ ਪਰ ਇੱਥੇ ਉਹ ਜਿੱਦਾਂ ਹੁਣ ਮਾਸਕ ਗਵਰਨਰ ਨੇ ਕਹਿ ਦਿੱਤਾ ਵੀ ਸਾਰੇ ਸਾਂਝ ਚੱਕ ਲਓ ਪਰ ਮੇਰਾ ਖਿਆਲ ਆ ਵੀ ਟੂ ਅਰਲੀ ਆ ਇੰਨਾ ਜ਼ਿਆਦਾ ਖੁੱਲ ਦੇਣੀ ਅਰਲੀ ਹੈ ਥੋੜ੍ਹੇ ਜਿਹਾ ਅਰਲੀ ਆ ਬਸ ਖੁੱਲ ਹੁਣ ਦੇ ਦਿੱਤੀ ਆ ਹੁਣ ਜਾਣ ਕੇ ਐਕਟ ਵੀ ਲੰਘ ਗਈ ਆ ਤੇ ਆ ਦੂਜਾ ਵੀਕ ਚੱਲਦਾ ਤੇ ਜੇ ਤਾਂ ਹੁਣ 2 ਵੀਕਾਂ ਅਗਲੀਆਂ ਜੇ ਬਾਹਲਾ ਕੰਮ ਖਰਾਬ ਹੋਊ ਨਾ ਹੋਇਆ ਤਾਂ ਫਿਰ ਲੋਕੀ ਕਈ ਕਹਿ ਰਹੇ ਵੀ ਗੌਰਮੈਂਟ ਦੀ ਸੀ ਕੋਈ ਪਾਲਸੀ ਆ ਜਿਹੜਾ ਇਹ ਐਵੇਂ ਤੂਫਾਨ ਆਉਣਾ ਆ ਕੋਈ ਖੁਸ਼ ਕਹੀ ਜਾਂਦਾ ਕੋਈ ਖੁਸ਼ ਕਹੀ ਜਾਂਦਾ ਹੁਣ ਦੇਖੋ ਕੀ ਬਣਦਾ ਹਾਂਜੀ ਹਾਂਜੀ ਨਹੀਂ ਇਹੀ ਆ ਵੀ ਜੇ ਤਾਂ ਕੇਸ ਵਧਣੇ ਸ਼ੁਰੂ ਹੋ ਗਏ ਤੇ ਫਿਰ ਲਾਕਡਾਊਨ ਲਾ ਦੇਣਗੇ ਤਾਂ ਨਾ ਹੀ ਵਧਣ ਚੰਗਾ ਮਸੀ ਮਾਹੌਲ ਖੁੱਲਣ ਲੱਗਿਆ ਜੇ ਨਾ ਵਧਣ ਤਾਂ ਫਿਰ ਜਾਣੀ ਕਿ ਫਿਰ ਸਮਝ ਲਓ ਕੋਈ ਚਾਲ ਸੀਗੀ ਵੀ ਇੱਕਦਮ ਹੁਣ ਤੁਸੀਂ ਖੋਲ ਕਿੱਦਾਂ ਖੋਲ ਦਿੱਤਾ ਪਹਿਲਾਂ ਤੁਸੀਂ ਹਰ ਪਾਸੇ ਇੱਦਾਂ ਬੁਰਾ ਰਾਹ ਰੱਖਿਆ ਹੁਣ ਇੱਕ ਕੰਟਰੀ ਇੱਕਦਮ ਹੀ ਖੋਲ ਦੇਣਾ ਕੁਛ ਨੀ ਹੁੰਦਾ ਸਾਰੇ ਲੋਕੀ ਐਵੇਂ ਘੁੰਮਣ ਲੱਗ ਪਏ ਜਿੱਦਾਂ ਬਿਨਾਂ ਮਾਸਕਾਂ ਤੋਂ ਪਰ ਬਚਾ ਹੀ ਚਾਹੀਦਾ ਜੀ ਬਚਾ ਹੀ ਚਾਹੀਦਾ ਚਾਹੀਦਾ ਤਾਂ ਬਚਾਇਆ ਪਰ ਹੁਣ ਦੇਖੋ ਸਾਡੇ ਤਾਂ ਇੱਥੇ ਉਹ ਸਟੇਟ ਚ ਪਾਰਟੀਆਂ ਵਾਲੇ ਆਉਂਦੇ ਹੁੰਦੇ ਤੇਲ ਪਾਉਣ ਉਹ ਕਹਿੰਦੇ ਟੈਂਟ ਵਗੈਰਾ ਦੂਸਰੇ ਆ 3-3 ਮਹੀਨਿਆਂ ਦੀਆਂ ਬੁਕਿੰਗ ਹੋ ਗਈਆਂ ਜਿਹੜੀਆਂ ਲੋਕਾਂ ਦੇ ਪਾਰਟੀਆਂ ਪੂਟੀਆਂ ਦੇ ਕਰਦੇ ਹੁੰਦੇ ਜੀ ਆਹੋ ਟੈਂਟ ਤਾਂ ਘਰਾਂ ਘੁਰਾਂ 'ਚ ਜਿੱਦਾਂ ਪਾਰਟੀਆਂ ਕਰਦੇ ਗਲੀਆਂ 'ਚ ਕਰਦੇ ਟੈਂਟ ਤਾਂ ਵੈਸੇ ਵੀ ਆਹ ਕੰਮ ਟੈਂਟਾਂ ਦਾ ਵੀ ਬਹੁਤ ਵਧੀਆ ਰਿਹਾ ਕਿਉਂਕਿ ਟੈਂਟ ਬਾਹਰ ਲਾ ਕੇ ਕੰਮ ਕਰਨ ਦੀ ਆਗਿਆ ਸੀਗੀ ਰੈਸਟੋਰੈਂਟਾਂ ਨੂੰ ਗੱਡੀਆਂ ਗੁੱਡੀਆਂ ਡੀਲਰਸ਼ਿਪਾਂ ਨੂੰ ਇਸ ਕਰਕੇ ਟੈਂਟਾਂ ਦਾ ਕੰਮ ਤਾਂ ਬਹੁਤ ਵਧੀਆ ਰਿਹਾ ਪਿਛਲੇ ਦਿਨਾਂ 'ਚ ਹੁਣ ਜ਼ਿਆਦਾ ਵਧਿਆ ਹੁਣ ਕਿਉਂ ਉਹ ਪਾਰਟੀਆਂ ਲੋਕ ਜ਼ਿਆਦਾ ਕਰ ਰਹੇ ਆ ਉਹਦੇ ਚੱਕਰ 'ਚ ਆ ਵੀ ਉਹਨਾਂ ਦਾ ਕੰਮ ਜ਼ਿਆਦਾ ਸ਼ੁਰੂ ਹੋ ਗਿਆ ਯਾਨੀ ਕਿ ਪਹਿਲਾਂ ਤਾਂ ਥੋੜ੍ਹੇ ਡਾਕਟਰ ਰਹਿੰਦਾ ਸੀ ਵੀ ਪੁਲਿਸ ਨਾ ਆ ਜਾਵੇ ਉਹ ਨਾ ਆ ਜਾਵੇ ਹੁਣ ਤਾਂ ਹੁਣ ਕਹਿ ਹੀ ਨਹੀਂ ਕੁਛ ਸਾਰੇ ਗਵਰਨਰ ਨੇ ਕਹਿ ਦਿੱਤਾ ਵੀ ਨੋ ਮਾਸਕ ਜੀ ਚਲੋ ਪਰਮਾਤਮਾ ਭਲੀ ਕਰੇ ਜੀ ਬਹੁਤ ਮਿਹਰਬਾਨੀ ਓਕੇ ਜੀ ਓਕੇ ਬਿਲਕੁਲ ਸਹੀ ਗੱਲ ਹੈ ਜੀ ਇਹ ਮਾਹੌਲ ਖੁੱਲ੍ਹ ਰਿਹਾ ਲੱਗਦਾ ਪਰ ਨਾਲ ਦੀ ਨਾਲ ਬੇਨਤੀ ਜਿਹੜੀ ਅਸੀਂ ਕਰਦੇ ਹੁੰਦੇ ਵੀ ਵੈਕਸੀਨ ਜਿਹੜੀ ਹੈ ਜ਼ਰੂਰ ਲਗਵਾਓ ਉਹਦਾ ਕੋਈ ਹਰਜ ਨਹੀਂ ਹੈਗਾ ਬੜਾ ਰੌਲਾ ਪਿਆ ਸੀਗਾ ਹੁਣ ਇੰਡੀਆ ਦੇ ਵਿੱਚ ਵੀ ਹੁਣ ਤਾਂ ਕਾਫੀ ਕੇਸ ਘੱਟ ਆਉਂਦੇ ਆ ਪਤਾ ਨਹੀਂ ਤਾਂ ਮੈਂ ਤਾਂ ਉਹਦਾ ਮਜ਼ਾਕ ਜਿਹੀ ਗੱਲ ਕਹੀ ਸੀ ਵੀ ਉਹ ਕਹਿੰਦੇ ਸੀ ਮੋਦੀ ਸਾਹਿਬ ਕਹਿੰਦੇ ਵੀ ਹੁਣ ਕੇਸ ਘੱਟ ਜਾਣੇ ਅਗਲੇ ਹਫ਼ਤੇ ਤੱਕ ਜਮ੍ਹਾਂ ਹੀ ਅਤੇ ਪੁੱਛਿਆ ਵੀ ਕਿਵੇਂ ਘੱਟ ਜਾਣੇ ਉਹ ਕਹਿੰਦੇ ਅਸੀਂ ਟੈਸਟ ਹੀ ਬੰਦ ਕਰ ਦੇਣੇ ਤਾਂ ਟੈਸਟ ਨਹੀਂ ਕਰਾਂਗੇ ਤਾਂ ਕੇਸ ਆਉਣੇ ਕਿੱਥੋਂ ਖੈਰ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਮੈਨੂੰ ਲੱਗਦੀ ਟੈਸਟ ਵਗੈਰਾ ਹੋ ਰਹੇ ਨੇ ਬਕਾਇਦਾ ਅਤੇ ਕੇਸ ਹੀ ਘੱਟ ਰਹੇ ਨੇ ਬੜੀ ਚੰਗੀ ਗੱਲ ਹੈਗੀ ਆ ਫਿਲਹਾਲ ਬ੍ਰੇਕ ਇੱਕ ਦੇਖਦੇ ਰਹੋ ਜਸ ਪੰਜਾਬੀ ਜੀ ਹਾਜ਼ਰ ਇੱਕ ਵਾਰ ਫਿਰ ਅਤੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਨਾਲ ਦੀ ਨਾਲ ਤੁਹਾਡੀਆਂ ਕਾਲਾਂ ਸਿਲਸਿਲਾ ਜਿਹੜਾ ਹੈਗਾ ਉਹਨੂੰ ਅੱਗੇ ਆਪਾਂ ਵਧਾਉਂਦੇ ਹਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਜੀ ਸਰਦਾਰ ਸੰਦਰ ਸਾਹਿਬ ਹਾਂਜੀ ਜਗਤਾਰ ਸਿੰਘ ਜੱਗੀ ਜੀ ਪਿਆਰ ਪਰਿਸ਼ਦ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਜੀ
हाँ जी मैं आज एक कविता अपनी लिखी हुई मेरी मां नु समर्पित है। वाह जी वाह जरूर। ओके यार ने मैनू मेरी मां दियां लोरियां जिना कारण मैनू गूढ़ी नींद आ जांदी सी जी। याद है मैनू मेरे बापू दे ओ सोहने सोहने हाथ जिना नाल उना मेरी उंगली पकड़ चलना सिखाया सी। नहीं भुल दे ओ पल जदों प्यारे दादे मेरे ने मैनू गन्ने दियां गलोरियां दे दे वराया सी। याद ने मैनू मेरी दादी दियां ओ बातां जिना नाल मैनू चंगे संस्कारां दा पाठ पढ़ाया सी। वेंदियां ही वेंदियां सारियां दे प्यार सदका मैं भी एक दिन जवानी च पैर पाया सी। याद ने मैनू ओ दिन जदों मेरे नाल बैठ ओ गन्ने चूपदी सी। लगदा सी प्यार दी पतंग काफी उच्ची उड़ेगी पर की पता सी ओ प्यारी पतंग कोई होर लुट के लै जाएगा। अच्छा जी। याद है मैनू जदों मैं सिर्फ 18-18 सालां दा ही फौज विच भर्ती हो गया सी। किन्ने लए सन इनाम खेडां विच ते ऑल राउंडर होण दा खिताब पाया सी। भुलदी नहीं 1971 दी लड़ाई जदों मैं फौज वालों ओ पहला मैडल पाया सी। भुलदे नहीं ओ पल जदों मैं जवान दा फर्ज निभा के जय किसान बनन दा भी फर्ज निभाया सी। आया सी एक दिन ओ भी जदों अपने अधूरे सुपनियां नूं सजाण अमरीका आया सी। वाह जी वाह। बजुर्गां दे गिणती हुंदी बजुर्गां दी गिणती हुंदी जरूर है पर दिल तों अभी जवान है। यही महसूस करन दा अरमान जिंदा है पर अज मैनू एक कविता लिख के एहसास होया कि जे मां मैनू जन्म ना देंदी ता जिन्ना कुछ मैं जिंदगी च हंडाया है ये करिश्मा कदे ना हुंदा। वाह जी वाह। इसे लई भाने वालिया गुरदीप सिंह संधरा भुल जाई चाहे सब कुछ पर अपनी मां ना भुली पर अपनी मां ना भुली। वाह जी वाह। बहुत मेहरबानी जी। सत श्रीकाल जी। तुसीं आउंदे रहो सरदार गुरमेल सिंह जी धीर साहब। ਹਾਂਜੀ ਸਰਦਾਰ ਜਗਤਾਰ ਸਿੰਘ ਜੀ ਸਤਿ ਸ੍ਰੀ ਅਕਾਲ। ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਜੀ। ਸਭ ਤੋਂ ਪਹਿਲਾਂ ਤਾਂ ਸਾਡੇ ਇੱਥੇ ਕੈਨੇਡਾ ਦੇ ਵਿੱਚ ਜਿਹੜੀ ਅੱਜ ਕੱਲ੍ਹ ਸ਼ਾਮ ਅਫਸੋਸਨਾਕ ਜਿਹੜੀ ਖਬਰ ਹੋਈ ਆ ਮੈਂ ਤੁਹਾਨੂੰ ਉਹ ਸੁਣਾਉਣੀ ਚਾਹੁੰਦਾ ਜੀ। ਇਹ ਨਸਲੀ ਹੋਇਆ ਹਮਲਾ। ਅੱਛਾ ਜੀ। ਸਾਡੇ ਪਾਕਿਸਤਾਨ ਦੀ ਫੈਮਿਲੀ ਕੱਲ੍ਹ ਸ਼ਾਮ ਨੂੰ 9 ਵਜੇ ਦੇ ਕਰੀਬ ਬਾਹਰ ਫੈਮਿਲੀ ਸੈਰ ਕਰਨ ਵਾਸਤੇ ਨਿਕਲੀ ਸੀ ਜੀ। ਮਾਂ ਬਾਪ ਉਹਨਾਂ ਦਾ ਪੁੱਤ ਤੇ ਉਹਨਾਂ ਦੀ ਨੂੰਹ ਤੇ ਉਹਨਾਂ ਦੀ ਪੋਤੀ। ਅੱਛਾ ਜੀ। ਇੱਕ 20 ਸਾਲ ਦੇ ਨਸਲੀ ਗੋਰੇ ਨੇ ਉਹਨਾਂ ਦੇ ਉੱਤੇ ਜਿਹੜੀ ਪਿਕਅਪ ਟਰੱਕ ਹੁੰਦਾ ਸਾਈਡ ਬਾਗ ਤੇ ਚੜਾ ਕੇ ਮਾਰ ਦਿੱਤੇ। ਓਏ ਰੱਬਾ। ਅੱਛਾ ਜੀ। ਜਿਹੜੀ ਪੋਤੀ 15 ਸਾਲ ਦੀ ਸੀ ਉਹ ਸਾਫੀ ਜ਼ਖਮੀ ਹੌਸਪੀਟਲ ਚ ਪਈ ਆ ਤੇ ਬਾਕੀ 4 ਉੱਥੇ ਹੀ ਮਰ ਗਏ। ਤੇ ਬੰਦਾ ਫੜਿਆ ਗਿਆ ਜੀ ਪਤਾ ਲੱਗਿਆ? ਹਾਂ ਜੀ ਉਹ ਦੌੜ ਗਿਆ ਸੀ ਤੇ ਬੰਦਾ ਤਾਂ ਫੜਿਆ ਗਿਆ 20 ਸਾਲ ਦਾ ਉਹ ਤੇ ਉਹ ਫੜਿਆ ਗਿਆ ਉਹਦੇ ਤੇ ਮਰਡਰ ਦਾ ਚਾਰਜ ਲੱਗਿਆ। ਇਸ ਕਰਕੇ ਸਾਡੀ ਆਪਣੀ ਸਾਰੀ ਕਮਿਊਨਿਟੀ ਧਿਆਨ ਰੱਖਣ ਦੀ ਲੋੜ ਅਫਸੋਸ ਦੇ ਵਿੱਚ ਆ ਤੇ ਮੈਨੂੰ ਵੀ ਬੜਾ ਅਫਸੋਸ ਹੋਇਆ। ਬਿਲਕੁਲ। ਹੋਰ ਸਾਰੇ ਆਪਣੇ ਲੋਕਾਂ ਨੂੰ ਵੀ ਬੜਾ ਅਫਸੋਸ ਹੋਇਆ ਇਸ ਗੱਲ ਦਾ ਕਿਉਂਕਿ ਅਸੀਂ ਸਾਰੇ ਇੱਕੋ ਖੂਨ ਦੇ ਆ। ਇਹ ਕਿਸੇ ਨਾਲ ਵੀ ਹੋ ਸਕਦਾ ਸਾਨੂੰ ਸਾਡੇ ਰੰਗ ਵਾਲਿਆਂ ਨੂੰ ਇੱਕੋ ਹੀ ਰਸਤੇ ਨਾਲ ਬੰਨਦੇ ਨੇ। ਬਿਲਕੁਲ ਜੀ ਬਿਲਕੁਲ। ਬਹੁਤ ਧਿਆਨ ਬੰਨਦੇ ਆ। ਇਸ ਕਰਕੇ ਬੜਾ ਦੁਖੀ ਹੋਇਆ ਮਨ ਪਰ ਕਰ ਕੀ ਸਕਦੇ ਆ। ਇਹ ਅਟੈਕ ਹੁੰਦੇ ਰਹਿੰਦੇ ਨੇ ਅਮੈਰੀਕਾ ਚ ਵੀ ਹੁੰਦੇ ਆ ਇੱਥੇ ਕੈਨੇਡਾ ਚ ਵੀ ਹੁੰਦੇ ਨੇ ਸਾਰੇ ਹੁੰਦੇ ਆ ਜੀ। ਅਤੇ ਧੀਰ ਸਾਹਿਬ ਜਿਹੜਾ ਆਪਣਾ ਘੱਲੂਘਾਰਾ ਹਫ਼ਤਾ ਲੰਘ ਕੇ ਗਿਆ ਅਤੇ ਉਹਦਾ ਕੀ ਰਿਹਾ ਇੱਥੇ ਕੈਨੇਡਾ ਦੇ ਵਿੱਚ ਕਿਵੇਂ ਰਿਹਾ? ਕੈਨੇਡਾ ਦੇ ਵਿੱਚ ਵੀ ਮਨਾਇਆ ਗਿਆ ਜੀ ਬਕਾਇਦਾ ਮਨਾਇਆ। ਸਾਡੇ ਖੰਡਪਾਠ ਸਾਹਿਬ ਸਾਰੇ ਭੋਗ ਪਏ ਬੰਦੇ ਇਕੱਠੇ ਹੋ ਕੇ ਗਏ ਸੀ ਆਟਵਾ। ਅੱਛਾ ਜੀ। ਉੱਥੇ ਜਿਹੜੀ ਕੈਨੇਡਾ ਦੀ ਰਾਜਧਾਨੀ ਆ ਉੱਥੇ ਨਜ਼ਾਰਾ ਕੀਤਾ। ਅੱਛਾ ਜੀ। ਅੱਛਾ ਜੀ ਜਿਹੜਾ ਇਹ ਅਟੈਕ ਦੀ ਮੈਂ ਗੱਲ ਕਰਦਾ ਤੁਹਾਨੂੰ ਦੱਸਣ ਲੱਗਿਆ ਸ਼ਹਿਰ ਇਹ ਲੰਡਨ ਅੰਟੇਰੀਓ ਦੇ ਵਿੱਚ ਸ਼ਹਿਰ ਹੈ। ਲੰਡਨ ਅੰਟੇਰੀਓ ਐਸੇ ਸੂਬੇ ਦੇ ਵਿੱਚ। ਅੱਛਾ ਜੀ। ਇਹ ਸ਼ਹਿਰ ਜਿਹੜਾ ਪੈਂਦਾ ਟੋਰਾਂਟੋ ਤੋਂ 180 ਕਿਲੋਮੀਟਰ ਇੱਧਰ 5401 ਜਦੋਂ ਆਪਾਂ ਅੱਗੇ ਵਿੰਡਜ਼ਰ ਡੈਟਰੋਇਟ ਜਾਈਏ
ਉਧਰਲੀ ਸਾਈਡ ਵੱਲ ਪੈਂਦਾ। ਅੱਛਾ ਜੀ। ਟਾਂਟੋ ਤੋਂ ਵੈਸਟ ਵੱਲ 180 ਕਿਲੋਮੀਟਰ ਤੇ ਜੀ ਜੀ ਉੱਥੇ ਹੋਇਆ ਜੀ। ਬਹੁਤ ਮੰਦਭਾਗੀ ਘਟਨਾ ਜੀ, ਬਹੁਤ ਮੰਦਭਾਗੀ ਘਟਨਾ। ਹਾਂ ਜੀ ਹਾਂ ਜੀ। ਕਈ ਵਾਰੀ ਡਰ ਲੱਗਦਾ ਵੀ ਜਦੋਂ ਅਸੀਂ ਸਾਈਡ ਬਾਗ ਤੇ ਤੁਰਨ ਜਾਂਦੇ ਹਾਂ ਸ਼ਾਮ ਨੂੰ ਕੋਈ ਸਾਨੂੰ ਨਾ ਆ ਕੇ ਪਿੱਛੋਂ ਮਾਰ ਦੇਵੇ। ਬਿਲਕੁਲ ਧਿਆਨ ਰੱਖਣ ਦੀ ਲੋੜ ਹੈ ਜੀ, ਕੁਛ ਨਹੀਂ ਪਤਾ, ਪਾਗਲ ਲੋਕਾਂ ਦੀ ਕਮੀ ਨਹੀਂ ਹੈਗੀ। ਤੇ ਨੂਰਪੁਰੀ ਸਾਹਿਬ ਬਾਰੇ ਧੀਰ ਸਾਹਿਬ ਕੋਈ ਹੈ ਜਾਣਕਾਰੀ? ਹਾਂ ਜੀ, ਨਾਦਲਾ ਨੂਰਪੁਰੀ ਉਹ ਥਾਣੇਦਾਰ ਵੀ ਰਹੇ ਨੇ। ਹਾਂ ਦੱਸਦੇ ਹਾਂ ਜੀ। ਅੰਗਰੇਜ਼ਾਂ ਦੇ ਜ਼ਮਾਨੇ 'ਚ ਹੋਇਆ ਇਸ ਤਰ੍ਹਾਂ ਕਿ ਕੋਈ ਬੰਦੇ ਆਪਣੇ ਬਾਹਰ ਕਿਤੇ ਖੂਹ ਦੇ ਉੱਤੇ ਬੈਠੇ ਆਪਣੇ ਸ਼ਰਾਬ ਕੱਢ ਰਹੇ ਸੀ ਤੇ ਉੱਥੇ ਪੁਲਿਸ ਲੈ ਕੇ ਚਲੇ ਗਏ। ਇਹਨਾਂ ਦੇ ਕੋਲੋਂ ਇੱਕ ਬੰਦਾ ਮਾਰਿਆ ਗਿਆ ਸੀ। ਓਹੋ, ਅੱਛਾ। ਉਸ ਤੋਂ ਬਾਅਦ ਫਿਰ ਇਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਵੀ ਇਹ ਬੰਦਾ ਕਿਹੜਾ ਕੋਈ ਜੁਰਮ ਕੀਤਾ ਸੀ, ਇਹਨਾਂ ਨੇ ਸ਼ਰਾਬ ਹੀ ਕੱਢਦੇ ਸੀ। ਹਾਂਜੀ। ਤੇ ਮੈਂ ਇਹਨਾਂ ਨੂੰ ਕਿਉਂ ਮਾਰਤਾ ਤੇ ਉਹਨੇ ਆਪਣੇ ਆਪ ਨੂੰ ਦੋਸ਼ੀ ਮੰਨਿਆ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਜੀ। ਤੇ ਜਿਹੜੇ ਦੇਖੋ ਜੀ ਪਹਿਲੇ ਬੰਦੇ ਹੁੰਦੇ ਸੀ ਨਾ ਉਹ ਇੱਕ ਕਿਰਦਾਰ ਵਾਲੇ ਬੰਦੇ ਹੁੰਦੇ ਸੀ। ਬਿਲਕੁਲ। ਅੱਜ ਕੱਲ੍ਹ ਕਿਹੜਾ ਅਸਤੀਫਾ ਦਿੰਦਾ ਤੁਸੀਂ ਦੇਖ ਲਓ ਉੱਥੇ ਪਿੱਛੇ ਕੀ ਹੋ ਰਿਹਾ। ਹਾਂਜੀ, ਕੋਈ ਨਹੀਂ ਜੀ, ਕੋਈ ਨਹੀਂ ਪੁੱਛਦਾ। ਕਿੰਨੇ ਜ਼ੁਲਮ ਹੋ ਰਹੇ ਨੇ, ਕਿੰਨੇ ਨੌਜਵਾਨਾਂ ਨੂੰ ਮਾਰਦੇ ਨੇ, ਕੋਈ ਅਸਤੀਫਾ ਦਿੰਦਾ? ਵਾ ਕਿਸੇ ਦੀ ਜ਼ਮੀਰ ਹੈ, ਮਰੀ ਹੋਈ ਜ਼ਮੀਰ ਵਾਲੇ ਉਹ ਲੋਕ ਅੱਜ ਕੱਲ੍ਹ ਉੱਥੇ ਹੈਗੇ ਆ। ਬਿਲਕੁਲ ਬਿਲਕੁਲ। ਘੋਟਣਾ ਸੀ, ਸਵਰਨ ਘੋਟਣਾ ਸੀ ਤੇ ਗੋਬਿੰਦ ਰਾਮ ਸੀ, ਕਿੰਨੀ ਦੁਨੀਆਂ ਮਾਰੀ ਸੀ ਉਹਨਾਂ ਨੇ। ਹਾਂਜੀ, ਚਲੋ ਗੋਬਿੰਦ ਰਾਮ ਨੂੰ ਤਾਂ ਅਗਲਿਆਂ ਨੇ ਚੁੱਕਤਾ ਸੀ, ਸਵਰਨ ਘੋਟਣਾ ਦੇਖੋ ਬਾਅਦ ਦੇ ਵਿੱਚ ਮਰਿਆ। ਹਾਂ ਬਿਲਕੁਲ ਜੀ, ਆਪਣੇ ਤਾਂ ਇਹ ਗੱਲ ਆਪਾਂ ਹਮੇਸ਼ਾ ਕਰੀ ਦੀ ਹੈ, ਬਹੁਤ ਬੁਰਾ ਹਾਲ ਆ ਉੱਥੇ, ਕੋਈ ਸਿਸਟਮ ਨਹੀਂ, ਕੋਈ ਕਾਨੂੰਨ ਨਹੀਂ ਹੈਗਾ, ਬਹੁਤ ਬੁਰਾ ਹਾਲ ਆ ਜੀ। ਚਲੋ ਮਿਹਰਬਾਨੀ। ਹੁਣ ਜਿਹੜੇ ਇਸ ਨਾਲ ਜਿਹੜੇ ਆਪਣੇ ਨੰਦ ਲਾਲ ਨੂਰਪੁਰ ਇਹਨਾਂ ਦੇ ਗੀਤ ਸੀ, ਇਹ ਸਭ ਤੋਂ ਪਹਿਲਾਂ ਦੋਨਾਂ ਭੈਣਾਂ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਨੇ ਗਾਏ, ਇਹਨਾਂ ਨੇ ਗਾਏ। ਹਾਂ, ਇਹ ਜਿਹੜਾ ਗਾਣਾ ਸੀ, ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ, ਗਲੀਆਂ ਦੇ ਵਿੱਚ ਡੰਡ ਪਾਉਂਦੀਆਂ ਗਈਆਂ, ਇਹ ਐਕਚੁਅਲੀ ਪ੍ਰਕਾਸ਼ ਕੌਰ ਦਾ ਗਾਇਆ ਹੋਇਆ, ਵੱਡੀ ਭੈਣ ਸੀ ਸੁਰਿੰਦਰ ਕੌਰ ਦੀ। ਹਾਂਜੀ ਹਾਂਜੀ। ਤੇ ਜਿੰਨੇ ਵੀ ਧਾਰਮਿਕ ਗੀਤ ਗਾਏ, ਮਾਛੀ ਵਾੜੀ ਵਿੱਚ ਬੈਠਾ, ਸ਼ਹਿਨਸ਼ਾਹ ਜਹਾਨ ਦਾ ਜੰਮ, ਚੁੰਮ ਚੁੰਮ ਰੱਖੋ, ਇਹ ਵੀ ਦੋਨਾਂ ਭੈਣਾਂ ਦਾ, ਤੇ ਪਹਿਲੇ ਲੋਕ ਗੀਤ ਵੀ ਦੋਨਾਂ ਭੈਣਾਂ ਨੇ ਗਾਏ ਸੀ। ਹਾਂਜੀ ਹਾਂਜੀ ਹਾਂਜੀ। ਤੇ ਆਹ ਗੀਤ ਮੈਂ ਦਿਖਾਊਂਗਾ ਹੁਣ ਤੁਹਾਡੀ ਕਾਲ ਤੋਂ ਬਾਅਦ, ਸ਼ੌਂਕਣ ਮੇਲੇ ਦੀ। ਅੱਛਾ, ਫਿਰ ਜਦੋਂ 1966 ਦੇ ਵਿੱਚ ਇਹਨਾਂ ਦੀ ਡੈਥ ਹੋਈ ਤੇ ਉਸ ਵੇਲੇ ਇਹਨਾਂ ਨੂੰ ਕੋਈ ਬਿਮਾਰੀ ਲੱਗ ਗਈ ਸੀ, ਇਹਨਾਂ ਕੋਲ ਦਵਾਈ ਖਰੀਦਣ ਲਈ ਵੀ ਪੈਸੇ ਨਹੀਂ ਸੀ। ਹਾਂ, ਇਹ ਵੀ ਹੈਰਾਨੀ ਵਾਲੀ ਗੱਲ ਹੈ ਧੀਰ ਸਾਹਿਬ, ਜਿੱਦਾਂ ਥਾਣੇ ਦੀ ਪੁਲਿਸ ਦੀ ਨੌਕਰੀ ਕੀਤੀ ਹੈ, ਅਧਿਆਪਕ ਵੀ ਕਹਿੰਦੇ ਰਹੇ ਆ, ਅਤੇ ਆਖਰੀ ਸਮਾਂ ਮਾੜਾ ਸੀ ਬਹੁਤ। ਕਿੱਥੇ ਤਨਖਾਹਾਂ, ਕਿੱਥੇ ਕਿੰਨੀਆਂ ਕੁ ਹੁੰਦੀਆਂ ਸੀ ਉਸ ਜ਼ਮਾਨੇ? ਬਿਲਕੁਲ ਜੀ, ਬਿਲਕੁਲ। ਤਨਖਾਹਾਂ ਨਹੀਂ ਸੀ ਹੁੰਦੀਆਂ ਅਤੇ ਪੈਨਸ਼ਨ ਦਾ ਤੁਸੀਂ ਭੁੱਲੇ ਜਾਓ, ਕਿਹੜੀ ਪੈਨਸ਼ਨ, ਇਹ ਉਹਦੇ ਨਾਲ ਗੁਜ਼ਾਰਾ ਨਹੀਂ ਸੀ ਹੁੰਦਾ ਉਹਨਾਂ ਦੀ ਫੈਮਿਲੀ ਦਾ। ਬਿਲਕੁਲ, ਚਲੋ ਮਿਹਰਬਾਨੀ ਧੀਰ ਸਾਹਿਬ ਜੀ। ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ ਹੈ, ਕਾਲ ਹੋਰ ਨਹੀਂ ਲੈ ਹੋਣੀ, ਅਤੇ ਮੈਂ ਬੇਨਤੀ ਜ਼ਰੂਰ ਅਖੀਰ ਦੇ ਵਿੱਚ ਕਰਨੀ ਚਾਹੁੰਦਾ, ਇੱਕ ਤਾਂ ਜਿਹੜੀ ਅਸੀਂ ਵੈਕਸੀਨ ਦੀ ਗੱਲ ਕਰਦੇ ਹੁੰਦੇ ਉਹ ਸਾਰੇ ਜਣੇ ਜ਼ਰੂਰ ਲਵਾਈਏ, ਜਿਵੇਂ ਮਰਜ਼ੀ ਲਵਾਈਏ, ਸਾਰੇ ਜਣੇ ਜ਼ਰੂਰ ਲਵਾਈਏ। ਦੂਜੀ ਗੱਲ ਇਹ ਹੈ ਕਿ ਅਸੀਂ ਬਹੁਤ ਸਾਰੀਆਂ ਹਸਤੀਆਂ ਨੂੰ ਤੁਹਾਡੇ ਰੂਬਰੂ ਕਰੀਦਾ, ਤੁਹਾਡੇ ਨਾਲ ਸਾਂਝੀਆਂ ਕਰੀਦੀਆਂ ਵਿਚਾਰਾਂ ਉਹਨਾਂ ਦੀਆਂ, ਖਾਸ ਤੌਰ 'ਤੇ ਗੱਲਾਂ ਬਾਤਾਂ ਸਾਂਝੀਆਂ ਕਰੀਦੀਆਂ, ਪੁਰਾਣੇ ਜਿਹੜੇ ਸਾਡੇ ਲੈਜੈਂਡ ਹੈਗੇ ਨੇ, ਤੁਸੀਂ ਵੀ ਚਾਹੁੰਦੇ ਹਾਂ, ਸਾਡੇ ਦਰਸ਼ਕ ਦੱਸਦੇ ਵੀ ਨੇ, ਮੈਸੇਜ ਕਰਕੇ ਵੀ ਦੱਸਦੇ ਨੇ, ਈਮੇਲ ਕਰਕੇ ਵੀ ਦੱਸਦੇ ਨੇ ਵੀ ਤੁਸੀਂ ਫਲਾਣੇ ਕਲਾਕਾਰ ਦੀ ਗੱਲ ਆ ਜਾਂ ਨਹੀਂ ਕੀਤੀ ਤਾਂ ਉਹ ਕਰੋ, ਫਿਰ ਅਸੀਂ ਕੋਸ਼ਿਸ਼ ਕਰੀ ਦੀ ਹੈ ਵੀ ਉਹਨਾਂ ਦੀਆਂ ਵੀਡੀਓ ਵਗੈਰਾ ਲੱਭ ਕੇ ਅਤੇ ਉਹ ਤੁਹਾਡੇ ਨਾਲ ਸਾਂਝੀਆਂ ਕਰੀਏ। ਉਮੀਦ ਕਰਦਾ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਈਮੇਲ ਕਰ ਲਓ jaggi@justbroadcasting.com ਜਾਂ ਫਿਰ info@justbroadcasting.com। ਫੇਸਬੁੱਕ, ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਆ ਜਾਂ ਮੇਰਾ ਸੈੱਲ ਨੰਬਰ ਹੈਗਾ। ਕੋਈ ਵੀ ਈਵੈਂਟਸ ਵਗੈਰਾ ਸ਼ੁਰੂ ਹੋ ਗਈਆਂ, ਜਿਵੇਂ ਅਸੀਂ ਗੱਲ ਕਰਦੇ ਸੀ, ਤਕਰੀਬਨ ਸਾਰੇ ਅਸੀਂ ਬਹੁਤ ਸਾਰੀਆਂ ਕਵਰ ਵੀ ਕੀਤੀਆਂ, ਤਪਤੇਜ ਸਿੰਘ ਦਾ ਜਿਹੜਾ ਅੰਤਮ ਅਰਦਾਸ ਸੀ ਉਹ ਵੀ ਸਾਰੀ ਕਵਰ ਕੀਤੀ ਸੀ, ਉਹ ਵੀ ਤੁਹਾਨੂੰ ਦਿਖਾਵਾਂਗੇ, ਉਹਨਾਂ ਦਾ ਫਿਊਨਰਲ ਜਿਹੜਾ ਸੀ ਉਹ ਵੀ ਤੁਹਾਨੂੰ ਦਿਖਾਵਾਂਗੇ। ਸੋ ਉਮੀਦ ਕਰਦੇ ਹਾਂ ਸਾਰਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਮੇਰਾ ਸੈੱਲ ਨੰਬਰ ਹੈਗਾ 209-450-3362, ਇਹ 'ਤੇ ਸੰਪਰਕ ਜਦੋਂ ਮਰਜ਼ੀ ਕਰ ਸਕਦੇ ਹੋ। ਜੇ ਕਿਤੇ ਕਾਲ ਮਿਸ ਹੋ ਜਾਵੇ, ਵੈਸੇ ਤਾਂ ਮੈਂ ਆਦਤ 'ਤੇ ਬਣੀ ਹੋਈ ਆ, ਮੈਂ ਵਾਪਸ ਕਾਲ ਕਰ ਲੈਂਦਾ ਹੁੰਦਾ, ਕਈ ਵਾਰੀ ਤਾਂ ਕੰਪਨੀ ਵਾਲਿਆਂ ਨੂੰ ਵੀ ਕਰ ਲੈਂਦੀ ਹੈ, ਜਿਹੜੇ ਕਹਿੰਦੇ ਹਾਂਜੀ ਇਹ ਸਕੀਮ ਆਈ ਸਾਡੇ ਕੋਲ ਲਓ ਵਾਪਸ। ਪਰ ਤੁਸੀਂ ਦੁਬਾਰਾ ਵੀ ਕਾਲ ਕਰ ਸਕਦੇ ਹੋ, ਕੋਈ ਵੀ ਐਡ ਦੇਣੀ ਹੈ, ਕੋਈ ਬਿਜ਼ਨਸ ਦੀ ਗੱਲ ਕਰਨੀ ਹੈ, ਕੋਈ ਵੈਸੇ ਕਮਿਊਨਿਟੀ ਦੀ ਖਬਰਸਾਰ ਹੈ ਪੂਰੀ ਦੁਨੀਆ ਪਹੁੰਚਾਉਣੀ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰ ਸਕਦੇ 209-475-3362। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।